ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਸ੍ਰੀ ਰਾਗ ਮਹੱਲਾ ਪੰਜਵਾਂ, ਘਰ ਪਹਿਲਾ। ਕਿਆ ਤੂੰ ਰਤਾ ਦੇਖ ਕੈ ਪੁੱਤਰ, ਕਲੱਤਰ ਸਿਗਾਰ। ਰਸ ਭੁਗ ਹੈ ਖੁਸ਼ੀਆ ਕਰਹਿ, ਮਨ ਹੈ ਰੰਗ ਅਪਾਰ। ਬਹੁਤ ਕਰੈ ਫੁਰਮਾਇਸੀ, ਵਰਤੈ ਹੋਇ ਅਪਾਰ। ਕਰਤਾ ਚਿਤ ਨ ਆਵੇ, ਮਨਮੁਖ ਅੰਧ ਗਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰਾਂ ਦੀ ਸਾਜੀ ਨਵਾਜੀ, ਸਾਧ ਸੰਗਤ ਜੀਓ। ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਤਥਾ ਸੰਬੰਧਿਤ ਅਸਥਾਨਾਂ ਦੀ ਯਾਤਰਾ ਕਰਦਿਆਂ ਹੋਇਆਂ ਗੁਰੂ ਸਾਹਿਬ ਦੇ ਪਾਵਨ ਦਰਸ਼ਨ ਦੀਦਾਰ ਕੀਤੇ ਹਨ। ਅੰਮ੍ਰਿਤ ਵੇਲੇ ਮਹਾਰਾਜ ਦੇ ਜਿੱਥੇ ਸੋਹਣੇ ਪ੍ਰਕਾਸ਼ ਹੋਏ, ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੁਆਰ ਦਾ ਕੀਰਤਨ ਹਰਜਸ ਔਰ ਅੰਮ੍ਰਿਤ ਰੂਪੀ ਲੜੀਵਾਰ ਕਥਾ ਸੰਗਤਾਂ ਨੇ ਸਰਵਣ ਕੀਤੀ। ਹੁਣ ਕੋਈ ਸਮਾਂ ਆਪਾਂ ਗੁਰ ਸ਼ਬਦ ਦੀ ਵਿਚਾਰ ਕਰਾਂਗੇ। ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਕਿਉਂਕਿ ਮਹਾਰਾਜ ਨੇ ਸੰਗਤ ਨੂੰ ਬਹੁਤ ਵੱਡਾ ਦਰਜਾ ਬਖਸ਼ਿਸ਼ ਕੀਤਾ ਹੈ। ਸੰਗਤ ਵਿੱਚ ਆ ਕੇ ਨਾਮ ਅਭਿਆਸ ਕਰਨਾ, ਬਾਣੀ ਪੜ੍ਹਨੀ, ਕਥਾ ਕੀਰਤਨ ਸੁਣਨਾ, ਇੱਥੋਂ ਸਾਨੂੰ ਸਾਰੇ ਤਰ੍ਹਾਂ ਦੀ ਸਿੱਖਿਆ ਜਿਹੜੀ ਹੈ, ਵਿਚਾਰ ਦੀ ਪ੍ਰਾਪਤੀ ਹੁੰਦੀ ਹੈ। ਸੋ ਆਓ ਪਿਆਰ ਦੇ ਨਾਲ ਪੰਜਵੇਂ ਪਾਤਸ਼ਾਹ ਦੀ ਬਾਣੀ 'ਚੋਂ ਸ਼ਬਦ ਲਵਾਂਗੇ, ਪਿਆਰ ਨਾਲ ਸਰਵਣ ਕਰੀਏ। ਸ੍ਰੀ ਰਾਗ ਮਹੱਲਾ ਪੰਜਵਾਂ, ਘਰ ਪਹਿਲਾ। ਸ੍ਰੀ ਰਾਗ ਆ ਪੰਜਵੇਂ ਸਤਿਗੁਰੂ ਜੀ ਪਹਿਲੇ ਘਰ 'ਚ, ਘਰ ਦਾ ਮਤਲਬ ਤਾਲ, ਇੱਕ ਤਾਲ ਵਿੱਚ ਇਹ ਸ਼ਬਦ ਉਚਾਰਨ ਕਰਦੇ ਹਨ। ਜਿਵੇਂ ਜੋੜੀ ਦੇ ਜੁਦੇ ਜੁਦੇ ਤਾਲ ਹੁੰਦੇ ਆ, ਮੁੱਖ 13 ਆ, ਉਹਨਾਂ ਤੋਂ ਫਿਰ ਤਾਲਾਂ 'ਚੋਂ ਗਾਂਹ ਤਾਲ ਹੋਰ ਪਈ ਜਾਂਦੇ ਆ, ਪੜਤਾਲ ਹੁੰਦੀ ਹੈ, ਵਾਰ ਵਾਰ ਤਾਲਾਂ ਦਾ ਪੈਣਾ। ਸੋ ਇਸ ਕਰਕੇ ਗੁਰੂ ਮਹਾਰਾਜ ਮਿਹਰ ਕਰਦੇ ਹਨ। ਕਿਆ ਤੂੰ ਰਤਾ ਦੇਖ ਕੇ ਪੁੱਤਰ, ਕਲੱਤਰ ਸਿਗਾਰ। ਇਹ ਕਿਸੇ ਰਾਜੇ ਨੂੰ ਉਪਦੇਸ਼ ਦਿੰਦੇ ਆ, ਕਿਉਂਕਿ ਉਹ ਮੋਹ ਮਮਤਾ ਦੇ ਵਿੱਚ ਅਤੇ ਮਾਇਆ ਪਦਾਰਥਾਂ 'ਚ ਹਰ ਵੇਲੇ ਗਲਤਾਨ ਹੁੰਦੇ ਆ। ਅਤੇ ਮਹਾਰਾਜ ਦੇ ਕੋਲ ਸਾਰੀ ਤਰ੍ਹਾਂ ਦੇ ਹੀ ਲੋਕ ਆਉਂਦੇ ਆ। ਜਿਸ ਤਰ੍ਹਾਂ ਦਾ ਕੋਈ ਜਿਗਿਆਸੂ ਹੁੰਦਾ, ਉਹਨੂੰ ਉਸੇ ਢੰਗ ਦਾ ਉਪਦੇਸ਼ ਦਿੱਤਾ ਜਾਂਦਾ। ਜਿਵੇਂ ਹੁਣ ਡਾਕਟਰ ਕੋਲ ਮਰੀਜ਼ ਤਰ੍ਹਾਂ ਤਰ੍ਹਾਂ ਦੇ ਆਉਂਦੇ ਆ, ਸਾਰਿਆਂ ਨੂੰ ਇੱਕੋ ਹੀ ਦਵਾਈ ਨਹੀਂ, ਜੇ ਇਹੋ ਜਿਹੀ ਮਰਜ਼ ਹੈ ਉਹੋ ਜਿਹੀ ਦਵਾਈ, ਉਹੋ ਜਿਹਾ ਪਥ ਦੱਸਿਆ ਜਾਂਦਾ। ਇਸ ਤਰ੍ਹਾਂ ਗੁਰੂ ਮਹਾਰਾਜ ਦੇ ਕੋਲ ਵੀ ਬੇਅੰਤ ਤਰ੍ਹਾਂ ਦੇ ਪ੍ਰੇਮੀ ਆਉਂਦੇ ਸੀ, ਉਹ ਜਾਣੀ ਜਾਣਿਆ, ਉਹਨਾਂ ਨੂੰ ਪਤਾ ਕਿ ਇਹਨਾਂ ਦੀ ਨਬਜ਼ ਕਿੱਥੇ ਬੋਲਦੀ ਹੈ, ਉਹਦੇ ਮੁਤਾਬਕ ਹੀ ਫਿਰ ਉਪਦੇਸ਼ ਦਿੰਦੇ ਹਨ। ਅਤੇ ਪਾਤਸ਼ਾਹ ਕਿਰਪਾ ਕਰਦੇ, ਕੋਈ ਸ਼ਰਧਾ ਤੋਂ ਹੀਣਾ ਰਾਜਾ ਸੀ, ਅਤੇ ਜਿਵੇਂ ਆ ਗਿਆ ਅੰਦਰ ਭਾਵਨਾ ਹੈ ਨਸ, ਅਤੇ ਮਹਾਰਾਜ ਫਿਰ ਉਹਨੂੰ ਸਿੱਖਿਆ ਦਿੰਦੇ ਹਨ ਕਿ ਆ ਤੂੰ ਰਤਾ ਦੇਖ ਕੇ ਪੁੱਤਰ, ਕਲੱਤਰ ਸਿਗਾਰ। ਕਹਿੰਦੇ ਹੇ ਰਾਜਨ, ਅਤੇ ਮੇਰੇ ਆ ਪੁੱਤਰ ਆ, ਸ਼ਹਿਜ਼ਾਦੇ ਆ, ਔਰ ਇਸ ਤਰ੍ਹਾਂ ਕਲੱਤਰ ਇਸਤਰੀ ਰਾਣੀਆਂ ਜਾਂ ਅਨੇਕ ਤਰ੍ਹਾਂ ਦੇ ਵਸਤਰ ਗਹਿਣਿਆਂ ਦੁਆਰਾ ਸ਼ਿੰਗਾਰ ਵਗੈਰਾ ਲਾਏ ਹੋਏ ਆ। ਕਹਿੰਦੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਤੂੰ ਇਹਨਾਂ 'ਚ ਕਿਉਂ ਰਤਾ, ਇਹਨਾਂ 'ਚ ਮਸਤ ਹੋਇਆ ਫਿਰਦਾ, ਇਹ ਤਾਂ 4 ਦਿਨ ਦਾ ਠਾਠਾ ਵਾਗਾ ਹੈਗਾ, ਇਹ ਲੈਣ ਦੇਣ ਦੇ ਸੰਬੰਧ ਹੈਗੇ ਆ।
ਕੋਈ ਲੇਖਾ ਲੈ ਰਿਹਾ, ਕੋਈ ਲੇਖਾ ਦੇ ਰਿਹਾ, ਵਾਸਤੇ ਵਿੱਚ ਨਹੀਂ। ਪਰ ਇਨਸਾਨ ਜਿਹੜਾ ਉਹ ਜਿੱਥੇ ਗੁਰੂ ਨਿਰੰਕਾਰ ਪਰਮੇਸ਼ਰ ਨਾਲ ਪ੍ਰੀਤੀ ਪਾਉਣੀ ਸੀ, ਅਤੇ ਇਹ ਜਿਹੜੀਆਂ ਮਾਇਕੀ ਚੀਜ਼ਾਂ ਆ ਇਹਨਾਂ ਨਾਲ ਹੀ ਪਿਆਰ ਪਾ ਕੇ ਬਹਿ ਗਿਆ ਹੈ। ਰਸ ਭੋਗ ਹੈ, ਖੁਸ਼ੀ ਆ ਕਰ ਹੈ, ਮਨ ਹੈ ਰੰਗ ਉਪਾਰ, ਅਨੇਕ ਪ੍ਰਕਾਰ ਦੇ ਰਸ ਜਿਹੜੇ ਵਿਸ਼ੇ ਵਿਕਾਰਾਂ ਦੇ ਸੁੱਖ ਤੋਂ ਭੋਗ ਰਹੇ ਹਾਂ। ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾ ਕੇ ਔਰ ਤਰ੍ਹਾਂ ਤਰ੍ਹਾਂ ਦੇ ਹਾਰ ਸ਼ਿੰਗਾਰ ਲਾ ਕੇ ਬੜੀਆਂ ਖੁਸ਼ੀਆਂ ਕਰਦਾ। ਉਪਾਰ ਮੈਨੇ ਬਹੁਤੇ ਆਨੰਦ ਜਿਹੜੇ ਰੰਗ ਆ ਉਹਨਾਂ ਨੂੰ ਮਾਣੇ ਮਾਣ ਰਿਹਾ, ਭੋਗ ਰਿਹਾ। ਕਹਿੰਦੇ ਇਸ ਕਰਕੇ ਜਿਹੜੇ ਪੰਜ ਪ੍ਰਕਾਰ ਦੇ ਵਿਕਾਰ ਆ ਨਾ, ਕਹਿੰਦੇ ਇਹ ਤਾਂ ਇਹਨਾਂ ਦੇ ਅਨੇਕ ਪ੍ਰਕਾਰ ਦੇ ਜਿਹੜੇ ਰਸ ਆ। ਹਾਂਜੀ, ਜਿਸ ਤਰ੍ਹਾਂ ਦੂਏ ਰਸ ਆ, ਕੋਈ ਖੱਟਾ ਆ, ਕੋਈ ਮਿੱਠਾ ਆ, ਕੋਈ ਸਲੂਣਾ ਆ, ਇਸ ਤਰ੍ਹਾਂ ਕਹਿੰਦੇ ਜਿਹੜੇ ਇਹਨਾਂ ਦੇ ਰਸ ਆ ਨਾ, ਖਾਣ ਪੀਣ ਦੇ ਰਸ ਆ, ਵਿਕਾਰਾਂ ਦੇ ਭੋਗਣ ਦੇ ਰਸ ਆ। ਹਾਂਜੀ, ਪੰਜ ਪ੍ਰਕਾਰ ਦੇ ਜਿਹੜੇ ਵਿਖੇ ਆ। ਹਾਂਜੀ, ਅਤੇ ਇਸ ਤਰ੍ਹਾਂ ਕਹਿੰਦੇ ਇੱਕ ਇੱਕ ਅਨੇਕ ਪ੍ਰਕਾਰ ਦੇ ਰਸ ਆ, ਇਹਨਾਂ ਤੋਂ ਅਗਾਂਹ ਹੋਰ ਬਾਸ਼ਨ, ਅਗਾਂਹ ਤੋਂ ਅਗਾਂਹ ਬਾਸ਼ਨ ਨਿਕਲੀਆਂ ਆਉਣੀਆਂ। ਕਹਿੰਦੇ ਫਿਰ ਇਹ ਬਹੁਤੇ ਇਹਨਾਂ ਰੰਗਾਂ ਆਨੰਦਾਂ ਨੂੰ ਮਾਣ ਕੇ ਕਾਹਦੀਆਂ ਖੁਸ਼ੀਆਂ ਕਰਦਾ। ਇਹ ਤਾਂ ਠਾਠੇ ਵਾਗੇ ਚਾਰ ਦਿੰਦੇ ਹੈਗੇ ਆ। ਹਾਂਜੀ, ਬੰਦਾ ਬਿਮਾਰ ਹੋ ਜਾਏ, ਖਾਣੇ ਦਾ ਸਵਾਦ ਵੀ ਨਹੀਂ ਆਉਂਦਾ, ਹੋਰ ਵੀ ਨਹੀਂ ਆਉਂਦਾ, ਜਾਂ ਰੱਬ ਨਾ ਕਰੇ ਕੋਈ ਅਲਸੇਟ ਪੈ ਜਾਏ, ਸਾਰਾ ਕੁਛ ਹੀ ਭੁੱਲ ਜਾਂਦਾ। ਅਤੇ ਇਸ ਕਰਕੇ ਕਹਿੰਦੇ ਆ ਕਿ ਰਸ ਭੋਗ ਹੈ, ਅਨੇਕ ਤਾਂ ਰਸ ਭੋਗਦਾ, ਖੁਸ਼ੀਆਂ ਕਰਦਾ, ਅਨੇਕ ਤਰ੍ਹਾਂ ਦੇ ਜਿਹੜੇ ਰੰਗ ਆਨੰਦ ਆ ਉਹਨਾਂ ਨੂੰ ਤੂੰ ਮਾਣ ਰਿਹਾ। ਬਹੁਤ ਕਰਿਆ ਫਰਮਾਇਸ਼ੀ, ਵਰਤਿਆ ਹੋਇਆ ਫਾਰ। ਫਿਰ ਕਹਿੰਦੇ ਬਹੁਤ ਤਰ੍ਹਾਂ ਦੇ ਹੁਕਮ ਚਲਾ ਰਿਹਾ। ਹਾਂਜੀ, ਅਤੇ ਕੰਮ ਕਹਿ ਦੇਣ ਆਹ ਕੰਮ ਹੋਣਾ ਚਾਹੀਦਾ, ਜੇ ਆ ਵੀ ਹੋਣਾ ਚਾਹੀਦਾ। ਇਸ ਤਰ੍ਹਾਂ ਜਿਹੜੇ ਰਾਜੇ ਲੋਕ ਆ ਉਹ ਕੰਮ ਕਰਦੇ ਆ, ਸੋਚਦੇ ਨਹੀਂ ਵੀ ਇਹਦਾ ਰਿਜ਼ਲਟ ਕੀ ਹੋਊਗਾ। ਹੁਣ ਤਨ ਤਨ ਬਾਬਾ ਵੀਰ ਸਿੰਘ ਜੀ ਮਹਾਰਾਜ ਉਹਦੇ ਵੱਲੋਂ ਆ ਕੇ ਮੁੱਠਿਆਂ ਵਾਲੇ ਬਹਿ ਗਏ ਨਿਰੰਗਾਬਾਦ ਤੋਂ, ਅਤੇ ਉਦੋਂ ਰਾਜਮੱਦ ਚੜਿਆ ਸੀ, ਅਤੇ ਆ ਕੇ 80,000 ਫੌਜ ਅਤੇ 500 ਤੋਪ, 120 ਛੋਟੀਆਂ ਤੋਪਾਂ ਉਹ ਸੰਤਾਂ ਦੇ ਡੇਰੇ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਅਤੇ ਉਹਨਾਂ ਨੂੰ ਸੀ ਵੀ ਸ਼ਾਇਦ ਸਾਡੇ ਰਾਹ ਵਿੱਚ ਰੋੜਾ, ਕਿਉਂਕਿ ਜਦੋਂ ਰਾਜਮੱਦ ਚੜਿਆ ਹੁੰਦਾ ਫਿਰ ਦੇਖਦੇ ਨਹੀਂ, ਹੰਕਾਰ ਐਸਾ ਹੁੰਦਾ ਵੀ ਉਹਦਾ ਰਿਜ਼ਲਟ ਕੀ ਹੋਏਗਾ। ਇਸ ਕਰਕੇ ਕਹਿੰਦੇ ਗਲਤ ਤਰ੍ਹਾਂ ਦੇ ਹੁਕਮ ਜਿਹੜੇ ਕਰਦੇ ਆ, ਵਰਤਿਆ ਹੋਇਆ ਫਾਰ। ਅਤੇ ਹੀਰਾ ਸਿੰਘ ਉਹ ਡੋਗਰੇ ਨੇ ਕਿਸ ਤਰ੍ਹਾਂ ਦਾ ਉਹ ਇਹ ਘਾਤ ਕੀਤਾ, ਕਿੱਥੇ ਉਹ ਮਹਾਰਾਜ ਰਣਜੀਤ ਸਿੰਘ ਦੀਆਂ ਫੌਜਾਂ, ਹਾਂਜੀ, ਚੀਨ ਵੱਲ ਨੂੰ ਇੱਧਰ ਅਫਗਾਨਿਸਤਾਨ ਨੂੰ ਹਮਲੇ ਕਰਨ ਜਾਂਦੀਆਂ ਸੀ, ਕਿੱਥੇ ਉਹ ਮਹਾਂਪੁਰਖਾਂ ਦੇ ਡੇਰੇ 'ਤੇ ਚੜ੍ਹਾਤੀਆਂ। ਜਦੋਂ ਮਾੜੇ ਕੰਮ ਆਉਂਦੇ ਨਾ, ਕੁੱਤੇ ਦੀ ਮੌਤ ਆਉਂਦੀ ਕਹਿੰਦੇ ਮਸੀਤੇ ਮੁੱਤੂ, ਅਤੇ ਜਦੋਂ ਇਹਨਾਂ ਦੀ ਆਉਂਦੀ ਹੈ ਫਿਰ ਬੰਦਗੀ ਵਾਲੇ ਸਾਧੂ ਸੰਤਾਂ ਦੇ ਨਾਲ ਵਿਰੋਧ ਕਰਨਗੇ। ਵਰਤਿਆ ਹੋਇਆ ਅਫਾਰ, ਅਫਾਰ ਮੈਨੇ ਅਮੋੜ ਹੋ ਕੇ ਮਦ ਹੰਕਾਰ ਦੇ ਵਰਤੇ ਚੱਲਦੇ ਆ। ਇਸ ਤਰ੍ਹਾਂ ਫਿਰ ਜੇ ਕੋਈ ਨੂੰ ਸਹੀ ਗੱਲ ਕਹੀ ਜਾਏ ਉਹ ਮੰਨਦੇ ਨਹੀਂ। ਜਿਹੜੇ ਦਰਬਾਰ ਸਾਹਿਬ ਦੇ ਮੂਹਰੇ ਨਿਸ਼ਾਨ ਸੀ ਨਾ, ਪਹਿਲਾਂ ਚੀਰ ਜਾਂ ਦਿਆਰ ਦੇ ਹੁੰਦੇ ਸੀ, ਉਹ ਡਿੱਗ ਪਏ। ਅਤੇ ਬਾਬਾ ਜੀ ਨੂੰ ਪੁੱਛਿਆ ਪਏ, ਕਹਿੰਦੇ ਸਿੱਖ ਰਾਜ ਦਾ ਸਤਾਰਾ ਡਿੱਗ ਪਿਆ, ਉਹ ਹੁਣ ਭੂਤਰੇ ਹੋਏ ਸੀ ਹੰਕਾਰ 'ਚ। ਕਹਿੰਦੇ ਲਓ ਜੀ, ਸੰਤ ਕੋ ਚੇਲੇ ਬਹੁਤ ਵੱਧ ਗਿਆ, ਹੁਣ ਰੋਟੀ ਨਹੀਂ ਦੇ ਸਕਦਾ, ਸਾਨੂੰ ਡਰਾਉਂਦਾ। ਕਹਿੰਦੇ ਅਸੀਂ ਤਾਂ ਉਹ ਸਮੁੰਦਰ ਸੁਕਾ ਦਿਆਂਗੇ, ਐਂ ਕਰ ਦਿਆਂਗੇ। ਅਤੇ ਜਿੱਦਣ ਫਿਰ ਸਮਾਂ ਆਇਆ ਫਿਰ ਇਹਨਾਂ ਤੋਂ ਛੱਪੜ ਵਾ ਨਾ ਸੁੱਕੇ, ਹੈਂ ਜਿਹੜੇ ਅੰਗਰੇਜ਼ਾਂ ਨੇ ਕਿਹਾ ਰੱਖੋ ਹਥਿਆਰ, ਹਥਿਆਰ ਰੱਖ ਲੈ, ਢੇਰ ਲਾ ਤੇ ਨਹਿਰੋ ਹੀ ਜਾਂਦੇ, ਉਦੋਂ ਕੁਛ ਨਾ ਹੋਇਆ। ਸੋ ਇਸ ਕਰਕੇ ਫਿਰ
ਉਸ ਵੇਲੇ ਹੰਕਾਰ ਦੇ ਵਿੱਚ ਆਫਰੇ ਹੋਏ ਜਿਹੜੇ ਆ ਵਰਤਦੇ ਆ, ਅਤੇ ਜਿਹੜਾ ਸਹੀ ਕਹਿਣਾ ਆ ਉਹਨੂੰ ਮੰਨਦੇ ਨੇ। ਇਹ ਨਹੀਂ ਬੇਨਤੀ ਕੀਤੀ ਵੀ ਮਹਾਂਪੁਰਖੋ ਕੋਈ ਦੱਸੋ ਵੀ ਕਿਸ ਤਰ੍ਹਾਂ ਐਂ ਬਚਾਅ ਹੋ ਸਕਦਾ, ਇੱਧਰ ਨਹੀਂ। ਔਰ ਉਹ ਰਾਜਮੱਧ ਚੜ੍ਹਿਆ ਹੋਇਆ ਸੀ, ਹੈਂ ਉਹਦਾ ਰਿਜ਼ਲਟ ਕੀ ਨਿਕਲੂਗਾ। ਹੈਂ ਅਤੇ ਉਹ ਜਿਹੜੇ ਆਪਣੇ ਆਪ ਨੂੰ ਵਜ਼ੀਰ ਮਿਨਿਸਟਰ ਕਰਵਾਉਂਦੇ ਸੀ, ਅੰਗਰੇਜ਼ਾਂ ਦੇ ਪਿੱਠੂ ਬਣ ਗਏ, ਹੈਂਜੀ, ਅਤੇ ਸਾਧ ਸਾਧ ਨਹੀਂ ਰਿਹਾ। ਕਰਤਾ ਚੇਤਨਾ ਆਵੇ ਮਨਮੁਖੰਦ ਗਵਾਰ, ਜਿਹੜਾ ਕਰਤਾ ਪੁਰਖ ਹੈ ਜਿਹਨੇ ਤੈਨੂੰ ਪੈਦਾ ਕੀਤਾ ਨਾ, ਉਹ ਤੈਨੂੰ ਚੇਤੇ ਨਹੀਂ ਹੁੰਦਾ। ਇਹ ਸਮਝਣ ਲੱਗ ਪਾ ਤਾਂ ਵੀ ਮੈਂ ਆਪਣੇ ਆਪ ਹੀ ਹਾਂ ਸਾਰਾ ਕੁਛ, ਪਰ ਤੈਨੂੰ ਪੈਦਾ ਕਰਨ ਵਾਲਾ ਕੋਈ ਹੈਗਾ ਨਾ, ਤੇਰੇ ਅੰਦਰ ਕੋਈ ਸੱਤਾ ਹੈਗੀ ਜਿਹਦੇ ਦੁਆਰਾ ਤੂੰ ਸਾਰੀ ਕਿਰਿਆ ਕਰਦਾ, ਉਹਨੂੰ ਇਹ ਭੁਲਾ ਦਿੰਦਾ। ਅਤੇ ਜਿਹੜਾ ਮਨਮੁਖ ਆ, ਹੈਂਜੀ, ਆਉਂਦਾ ਗਿਆਨੀ ਆ, ਅਤੇ ਗਵਾਰ ਮੈਨੇ ਬੜਾ ਮੂਰਖ ਬਣਿਆ ਪਿਆ। ਮੇਰੇ ਮਨ ਸੁਖਦਾਤਾ ਹਰ ਸੋਏ, ਮਹਾਰਾਜ ਕਹਿੰਦੇ ਆ ਰਾਜੇ ਸੁਣ ਲਾ, ਕਹਿੰਦੇ ਹੇ ਪਿਆਰੇ, ਸੁੱਖ ਦੇਣ ਵਾਲਾ ਇੱਕੋ ਇੱਕ ਪਰਮੇਸ਼ਰ ਆ ਜਾਂ ਪਰਮੇਸ਼ਰ ਦਾ ਨਾਮ ਆ। ਆਹ ਜਿਹੜੇ ਸੁੱਖ ਆ ਇਹ ਸਾਰੇ ਦੁੱਖ 'ਚ ਬਦਲ ਜਾਂਦੇ ਆ, ਸਮਾਂ ਆ ਜਾਂਦਾ। ਹਾਂਜੀ, ਹੁਣ ਦੇਖ ਲਓ, ਰਾਣੀ ਜਿੰਦਾ ਸੀ ਅਤੇ ਜਿਸ ਵੇਲੇ ਹਮਲਾ ਹੋਇਆ ਇਹ ਵੀ ਤਮਾਸ਼ਾ ਦੇਖਦੀ ਰਹੀ, ਜੇ ਹੀਰਾ ਸਿੰਘ ਡੋਗਰੇ ਨੂੰ ਝਾੜ ਪਾਉਂਦੀ ਤਾਂ ਟਾਈਮ ਟਲ ਜਾਂਦਾ, ਅਤੇ ਬਾਅਦ 'ਚ ਦੇਖ ਲਓ ਉਹਦੇ 'ਤੇ ਵੀ ਦਿਨ ਕਿਹੋ ਜਿਹਾ ਆਏ ਜੇਲ੍ਹ ਵਿੱਚ। ਫਿਰ ਉਹ ਜੰਗ ਬਹਾਦਰ ਕੋਲ ਰਹੀ, ਫਿਰ ਪੁੱਤ ਦੇ ਮੋਹ 'ਚ ਇੰਗਲੈਂਡ ਚਲ ਗਈ, ਜੁਦਾ ਜੁਦਾ ਰੱਖਿਆ, ਉੱਥੇ ਅੱਖਾਂ ਦੀ ਜੋਤ ਵੀ ਗਵਾ ਲਈ, ਫਿਰ ਜਾ ਕੇ ਇਹਦਾ ਅੰਤ ਹੋਇਆ। ਅਤੇ ਉਸ ਵੇਲੇ ਮੁੱਖ ਦਰਸ਼ਕ ਬਣ ਕੇ ਦੇਖਦੀ ਰਹੀ, ਹੈਂਜੀ, ਜੇ ਉਹਨੂੰ ਝਾੜ ਪਾਉਂਦੀ ਤਾਂ ਉਹ ਜਿਹੜਾ ਇਹ ਕਾਰਾ ਕੀਤਾ ਇਹ ਨਹੀਂ ਸੀ ਹੁਣ। ਸੋ ਇਸ ਕਰਕੇ ਉਦੋਂ ਫਿਰ ਬੰਦੇ ਦੀ ਬੁੱਧੀ ਕੰਮ ਨਹੀਂ ਨਾ ਕਰਦੀ। ਇਸ ਕਰਕੇ ਕਹਿੰਦੇ ਆ ਕਿ ਮੇਰੇ ਮਨ ਸੁੱਖ ਦਾ ਤਾਰ ਸੋਏ, ਇਹ ਮੇਰੇ ਮਨ ਸੁੱਖਾਂ ਦਾ ਦਾਤਾ ਪਰਮੇਸ਼ਰ ਦਾ ਨਾਂ ਆ। ਗੁਰਪ੍ਰਸਾਦੀ ਪਾਈ ਆ ਕਰਮ ਪ੍ਰਾਪਤ ਹੋਏ ਰਹੋ। ਬਿਸਰਾਮ ਦੇ ਕੇ ਕਹਿੰਦੇ ਆ, ਕਹਿੰਦੇ ਜੇ ਤਾਂ, ਹਾਂਜੀ, ਗੁਰੂ ਦੀ ਪ੍ਰਸਾਦੀ ਪ੍ਰਸਾਦ ਮੈਨੇ ਕਿਰਪਾ ਪ੍ਰਾਪਤ ਹੋ ਜਾਣਾ। ਗੁਰੂ ਪ੍ਰਾਪਤ ਫਿਰ ਹੀ ਹੁੰਦੇ ਆ, ਰੱਬ ਦੀ ਕਿਰਪਾ ਹੋਵੇ ਫਿਰ ਕਹਿੰਦੇ ਤਾਂ ਮਿਲਦੇ ਆ, ਜੇ ਬਹੁਤ ਜਨਮਾਂ ਦਾ ਪੁੰਨ ਉਹਦੇ ਮੈਨੇ ਪ੍ਰਗਟ ਹੋਵੇ, ਉਵੇਂ ਨਹੀਂ ਮਿਲਦੇ। ਹਾਂਜੀ, ਬਹੁਤ ਚੰਗਾ ਪੁੰਨ ਜਾਗੇ ਫਿਰ ਜਾ ਕੇ ਮਹਾਂਪੁਰਸ਼ਾਂ ਦੀ, ਗੁਰੂਆਂ ਪੀਰਾਂ ਦੀ ਸੰਗਤ ਮਿਲਦੀ ਹੈ, ਨਹੀਂ ਤਾਂ ਮਾੜੀਆਂ ਸੁਸਾਇਟੀਆਂ 'ਚ ਬਹਿ ਕੇ, ਹਾਂਜੀ, ਆਪਣਾ ਸਮਾਂ ਵਿਅਰਥ ਗਵਾ ਕੇ ਤੁਰ ਜਾਂਦਾ ਹੈ। ਕੱਪੜ ਭੋਗ ਲਪਟਾਇਆ ਸੋਨਾ ਰੁਪਾ ਖਾਕ, ਕਹਿੰਦੇ ਸੋਨਾ ਅਤੇ ਰੁਪਾ ਹੁੰਦਾ ਚਾਂਦੀ, ਹਾਂਜੀ, ਅਤੇ ਇਸ ਤਰ੍ਹਾਂ ਜਿਹੜੇ ਵਸਤਰ ਵਗੈਰਾ ਅਤੇ ਹੋਰ ਜਿਹੜੇ, ਹਾਂਜੀ, ਵਿਸ਼ੇ ਵਿਕਾਰਾਂ ਨੂੰ ਭੋਗਣ, ਇਹਨਾਂ ਦੇ ਵਿੱਚ ਦਿਨ ਰਾਤ ਲਪਟਿਆ ਚਿੰਬੜਿਆ ਹੋਇਆ ਆ, ਹਾਂਜੀ, ਮੇਰੇ ਕੋਲ ਸੋਨਾ ਆ, ਰੁਪਾ ਆ, ਖਾਕ, ਕਹਿੰਦੇ ਇਹ ਸਾਰੀਆਂ ਚੀਜ਼ਾਂ ਧੂੜ 'ਚੋਂ ਪੈਦਾ ਹੁੰਦੀਆਂ ਅਤੇ ਧੂੜ ਵਿੱਚ ਇਹ ਮਿਲ ਜਾਂਦੇ ਆ। ਜਿਹੜੇ ਸੋਨੇ ਚਾਂਦੀ ਆ ਮਿੱਟੀ ਦਾ ਹੀ ਜਗਾ ਲਿਆ, ਮਿੱਟੀ 'ਚੋਂ ਪੈਦਾ ਹੋਈਆਂ ਧਾਤਾਂ ਪਧਾਤਾਂ ਜਿੰਨੀਆਂ, ਆਹ ਸਾਰਾ ਜੋ ਕੁਝ ਹੈਗਾ, ਅਤੇ ਇਹ ਵੀ ਇੱਕ ਦਿਨ ਮਿੱਟੀ 'ਚ ਮਿਲ ਜਾਂਦਾ। ਤਾਂ ਹੀ ਬਾਬੇ ਫਰੀਦ ਨੇ ਕਿਹਾ ਨਾ, ਫਰੀਦਾ ਖਾਕ ਨਾ ਨਦੀਆ ਖਾਕੂ ਛੇਟ ਨਾ ਕੋਏ, ਜੀਵਨ ਦੀਆਂ ਪੈਰਾਂ ਥੱਲੇ ਮੋਇਆਂ ਉੱਪਰ ਹੋਏ। ਉਹ ਇਸ ਕਰਕੇ ਹੁਣ ਜਿਹੜੇ ਰਾਜਸੀ ਬੰਦੇ ਉਹਨਾਂ ਨੇ ਹੈਗਾ, ਧਾਰਮਿਕ ਬੰਦੇ ਵੀ ਇੱਧਰ ਤੁਰੇ ਹੋਏ ਆ। ਉਹ ਇੱਥੇ ਇੱਕ ਦਿਨ ਆਏ ਅਤੇ ਮੈਂ ਕਿਹਾ ਦੱਸੋ ਆਹ ਜਿਹੜੇ ਗਰੀਬ ਵਿਚਾਰੇ ਨਾ, ਆਹ ਛੋਟੀਆਂ ਛੋਟੀਆਂ ਢੋਂਪੜੀਆਂ 'ਚ 8-10 ਦਿਨ ਕੱਟਦੇ ਆ, ਤੁਹਾਡੇ ਕੋਲ ਇੰਨੇ ਇੰਨੀਆਂ ਜਾਇਦਾਦਾਂ ਦੇ ਫੇਰ ਲੜੀ ਮਰੀ ਜਾਂਦੇ ਆ, ਹੈਂ, ਇੱਕ ਕੁੜੀ ਕੀੜੀਆਂ ਕਿੰਨਾ ਟਾਈਮ ਪਾਸ ਕਰ ਲੈਂਦੇ ਆ। ਔਰ ਅੱਜ ਬੰਦਾ ਜਿਹੜਾ
ਉਹਦੀ ਦਸ਼ਾ ਦੇ ਲਓ ਕੈਸੀ ਬਣੀ ਹੋਈ ਹੈ। ਹਾਂਜੀ, ਉਹਦੇ ਅੰਦਰੋਂ ਭੁੱਖ ਕਿੰਨੀ ਵੱਧ ਗਈ ਹੈ। ਹੈਵਰ ਗੈਵਰ ਬਹੁ ਰੰਗੇ ਕੀਏ ਰੱਥ ਅਥਾਕ। ਪਾਤਸ਼ਾਹ ਕਹਿੰਦੇ ਆ ਹੈਵਰ ਮੈਨ ਹੈ ਘੋੜੇ ਬਰ ਜਿਹੜੇ ਸ੍ਰੇਸ਼ਟ ਚੰਗੀ ਚਾਲ ਚੱਲਣ ਵਾਲੇ ਗੈਵਰ, ਹਾਂਜੀ, ਅਤੇ ਜਿਹੜੇ ਗੈਵੇ ਨੇ ਹਾਥੀ ਬਰ ਸ੍ਰੇਸ਼ਟ, ਹਾਂਜੀ, ਅਤੇ ਜਿਹੜੇ ਬਹੁ ਰੰਗੇ ਅਨੇਕ ਪ੍ਰਕਾਰ ਦੇ ਰੱਥ ਜਿਹੜੇ, ਹਾਂਜੀ, ਔਰ ਜਿਹਨਾਂ ਘੋੜੇ ਜਿਹੜੇ ਅਤੇ ਜੋੜੇ ਹੋਏ ਰੱਥਾਂ ਨੂੰ ਬੈਲ ਜਿਹੜੇ ਉਹ ਥੱਕਦੇ ਨੇ, ਇਹਨਾਂ ਨੂੰ ਦੇਖ ਦੇਖ ਕੇ ਤੂੰ, ਹਾਂਜੀ, ਕਿਸ ਤਰ੍ਹਾਂ ਹੰਕਾਰ ਵਿੱਚ ਕਰ ਰਿਹਾ ਵੀ ਮੇਰੇ ਪਾਸ ਚਿਤਰੰਗਨੀ ਸੈਨਾ ਆ, ਆਹ ਸਾਜੋ ਸਮਾਜ ਆ, ਹਾਂਜੀ, ਹੁਣ ਦੇਖ ਲਓ ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਧਨ ਸਿਪਾਹੀ, ਬਾਰਹ ਯੋਜਨ ਛਤਰ ਚਲਿਆ ਦੇਹੀ ਗਰਜਨ ਖਾਈ। ਹਾਂਜੀ, ਅਤੇ ਕ੍ਰਿਸ਼ਨ ਮਹਾਰਾਜ ਬੜਾ ਸਮਝਾਉਂਦੇ ਰਹੇ, ਬੇਦਰ ਨੇ ਵੀ ਸਮਝਾਇਆ ਵੀ ਇਹਨਾਂ ਨੂੰ ਅੱਧਾ ਰਾਜ ਦੇ ਦਿਓ, ਨਹੀਂ 50 ਪਿੰਡ ਦੇ ਦਿਓ, 5 ਦੇ ਦਿਓ, 5 ਘਰਾਂ ਜੋਗੀ ਦੇ ਦਿਓ, ਕਹਿੰਦੇ ਸੂਈ ਦੇ ਨੱਕੇ 'ਚ ਨਹੀਂ, ਕਹਿੰਦੇ ਦੇਖ ਲਓ ਫਿਰ ਮਹਾਭਾਰਤ ਦਾ ਯੁੱਧ ਹੋਇਆ, 18 ਖੂਣੀਆਂ ਖੱਪ ਗਈਆਂ ਕਿੱਥੇ, ਅਤੇ ਜਿਹੜੀ ਦਰੋਪਦੀ ਨੂੰ ਸਭਾ 'ਚ ਪੜਤ ਕਰਦੇ ਸੀ ਉਹ ਫਿਰ ਦਿੱਲੀ ਦਰਬਾਰ 'ਤੇ ਬੈਠੀ ਹੈ। ਸਮਾਂ ਹੈ ਨਾ, ਇਹ ਕਈ ਕਰਵਟਾਂ ਲੈਂਦਾ, ਪਰ ਜਦੋਂ ਕਿ ਕੋਈ ਸੱਤਾ ਆ ਜਾਂਦੀ, ਹੰਕਾਰ ਆ ਜਾਂਦਾ, ਉਹਨੂੰ ਫੇਦੀਦਾ ਹੁੰਦਾ। ਕਿਸੇ ਹੀ ਚੇਤਨਾ ਪਾਵ ਹੀ ਵਿਸਰਿਆ ਸਭ ਸਾਥ, ਕਿਸੇ ਨੂੰ ਚੇਤਨਾ ਪਾਵੇ, ਕਹਿੰਦੇ ਚਿੱਤ 'ਚ ਨਹੀਂ ਪਾਉਂਦਾ, ਚਿੱਤ 'ਚ ਨਹੀਂ ਲਿਆਉਂਦਾ ਕਿ ਇਹ ਸਾਰੀ ਸ੍ਰਿਸ਼ਟੀ ਮਾਲਕ ਦਾ ਆ, ਇਹਨਾਂ ਉੱਤੇ ਮੈਂ ਜ਼ੁਲਮ ਨਾ ਕਰਾਂ ਅਤਿਆਚਾਰ ਨਾ ਕਰਾਂ, ਇਹ ਨਹੀਂ ਕਰਦਾ। ਵਿਸਰਿਆ ਸਭ ਸਾਖ, ਫਿਰ ਕਹਿੰਦੇ ਆ ਕਿ ਐਸਾ ਜਿਹੜੇ ਬਭੂਤੀ ਹੋ ਜਾਂਦੀ, ਮਾਇਆ ਹੁੰਦੀ ਹੈ, ਫਿਰ ਕਿਹਨੂੰ ਸਮਝਦਾ ਨਹੀਂ, ਹਾਂਜੀ, ਫਿਰ ਧਨ ਦੇ ਹੰਕਾਰ ਕਰਕੇ ਨਾ ਜਿਹੜੇ ਸਾਖ ਸੰਬੰਧੀ ਉਹਨਾਂ ਨੂੰ ਵੀ ਭੁੱਲ ਜਾਂਦਾ। ਹੁਣ ਜਿਹੜੇ ਪਾਂਡਵ ਸੀਗੇ ਅਤੇ ਇੱਕੋ ਹੀ ਪਰਿਵਾਰ ਸੀ, ਇਹ ਤਾਏ ਚਾਚੇ ਜਾਂਦੇ ਸੀਗੇ ਨਾ, ਭਵਿਸ਼ਣ ਨੇ ਸਹੀ ਰਾਇ ਦਿੱਤੀ, ਰਾਵਣ ਨੇ ਠੁੱਡ ਮਾਰਿਆ, ਹਾਂਜੀ, ਉਹ ਕਹਿੰਦਾ ਦੇਖ ਲਓ ਉਹ ਫਿਰ ਰਾਮ ਚੰਦਰ ਜੀ ਦੇ ਖੇਮੇ 'ਚ ਆ ਗਿਆ, ਹਾਂਜੀ, ਅਤੇ ਫਿਰ ਦੇਖ ਲਓ ਅਤੇ ਉਸ ਤਖ਼ 'ਤੇ ਭਵਿਸ਼ਣ ਬਿਠਾ ਦਿੱਤਾ ਉਹਨਾਂ ਨੇ, ਅਤੇ ਰਾਵਣ ਕਿੱਥੇ ਗਿਆ। ਇਸ ਕਰਕੇ ਕਹਿੰਦੇ ਆ ਕਿ ਇਹਨੂੰ ਫਿਰ ਸਾਖ ਸੰਬੰਧੀ ਵੀ ਭੁੱਲ ਜਾਂਦੇ, ਹੰਕਾਰ ਐਸੀ ਚੀਜ਼ ਹੈ, ਸਿਰਜਣ ਹਾਰ ਭੁਲਾਇਆ ਬਿਨ ਨਾਵੇ ਨਾ ਪਾਕ। ਇੱਥੇ ਤਾਂ ਆਇਆ ਵੀ ਛੋਟੇ ਛੋਟੇ ਆ ਕਿ ਉਹ 100 ਕਿੱਲਾ 200 ਕਿੱਲਾ ਹੋ ਜਾਊਗਾ, ਅਤੇ ਜਿਹੜੇ ਜਿਹੜੇ ਰਾਜੇ ਉਹਨਾਂ ਦੀ ਗਤੀ ਕੀ ਹੋਈ, ਕੀ ਦੁਰਗਤੀ ਹੋਈ। ਪਰ ਜਦੋਂ ਹੰਕਾਰ ਆ ਨਾ, ਫਿਰ ਨਹੀਂ ਇਹ ਚੇਤੇ ਕਰਦਾ। ਸਿਰਜਣ ਹਾਰ ਭੁਲਾਇਆ, ਜਿਹੜਾ ਤੈਨੂੰ ਸਿਰਜਣ ਮੈਨੇ ਸਿਰਜਣ ਵਾਲਾ ਪੈਦਾ ਕਰਨ ਵਾਲਾ ਪਰਮੇਸ਼ੁਰ ਤੂੰ ਭੁਲਾਤਾ, ਬਿਨ ਨਾਵੈ ਨਾ ਪਾਕ, ਬਿਨਾ ਨਾਮੀ ਨਾਮ ਤੂੰ ਨਪਾਕ, ਮੈਨੇ ਬੜਾ ਅਪਵਿੱਤਰ ਹੋ ਗਿਆ। ਪਵਿੱਤਰਤਾ ਨਾਮ ਨੇ ਲਿਆਉਣੀ ਸੀ, ਨਾ ਤਾਂ ਨਾਮ ਜਪਿਆ, ਨਾ ਨਾਮ ਜਪਣ ਵਾਲੇ ਤੈਨੂੰ ਚੰਗੇ ਲੱਗੇ, ਉਹਨਾਂ ਨੇ ਤੂੰ ਮਨਸੂਬੇ ਬਣ ਕੇ ਬਹਿ ਗਿਆ, ਹੈਂ, ਉਹਨਾਂ ਨੇ ਬੈਰ ਵਿਰੋਧ ਕਰਨ ਲੱਗ ਪਿਆ, ਉਹਨਾਂ 'ਤੇ ਅਤਿਆਚਾਰ ਕਰਨ ਲੱਗ ਪਿਆ, ਹਾਂਜੀ, ਇਸ ਕਰਕੇ ਤੂੰ ਕਹਿੰਦੇ ਨਾ ਪਾਕ, ਅਪਵਿੱਤਰ ਹੀ ਹੋ ਗਿਆ। ਪਵਿੱਤਰਤਾ ਦਾ ਨਾਮ ਜਪ ਕੇ ਆਉਣੀ ਸੀ, ਉਹ ਰਸਤਾ ਤਾਂ ਤੇ ਤੋਂ ਬਹੁਤ ਦੂਰ ਚਲੇ ਗਿਆ। ਲੈਂਦਾ ਬਦ ਦੁਆਏ ਤੂੰ ਮਾਇਆ ਕਰ ਹੈ ਕਤ, ਕਹਿੰਦੇ ਅਨੀਤੀ ਕਰਕੇ ਜ਼ੁਲਮ ਕਰਕੇ, ਹੈਂਜੀ, ਲੋਕਾਂ ਦੇ ਉੱਤੇ ਜ਼ੁਲਮ ਕਰਦਾ ਰਿਹਾ, ਹੈਂਜੀ, ਅਤੇ ਗਲਤ ਢੰਗਾਂ ਨਾਲ ਮਾਇਆ ਇਕੱਠੀ ਕਰਦਾ ਰਿਹਾ, ਇਸ ਕਰਕੇ ਲੋਕਾਂ ਦੀਆਂ ਬਦਦੁਆਏ ਲੈਂਦਾ ਰਿਹਾ। ਅਤੇ ਜਦੋਂ ਮਹਾਰਾਜ ਉੱਥੇ ਗਿਆ ਕਾਰੂ ਕੋਲ, ਉਹ ਸਾਰੀ ਦੁਨੀਆ ਦਾ ਇਹ ਧਨ ਇਕੱਠਾ ਕਰ ਲਿਆ, ਇਹ ਕੋਈ ਪੈਸਾ ਨਾ, ਫਿਰ ਭੁੱਖ ਨਹੀਂ ਮਿਟੀ। ਕਹਿੰਦਾ ਬਾਜ਼ਾਰ 'ਚ ਲੜਕੀ ਖੜ੍ਹੀ ਕਰਤੀ,
ਕਹਿੰਦੇ ਜਿਹੜਾ ਮੈਨੂੰ 1 ਰੁਪਈਆ ਦੇਵੇ ਨਾ ਉਹਨਾਂ ਮੈਂ ਆਪਣੀ ਲੜਕੀ ਵਿਆਹ ਦੂੰ। ਪੈਸਾ ਹੈ ਨਹੀਂ ਕਿ ਉਹ ਇੱਕ ਵਿਧਵਾ ਮਾਈ ਦਾ ਪੁੱਤਰ ਸੀ, ਉਹ ਕਹਿੰਦਾ ਮਾਂ ਵੀ ਮੈਂ ਰਾਜੇ ਦਾ ਜਵਾਈ ਬਣ ਰਿਹਾ ਵੀ 1 ਰੁਪਈਆ ਦੇ। ਕਹਿੰਦੇ ਰੁਪਈਆ ਤੁਹਾਨੂੰ ਛੱਡਿਆ ਨਹੀਂ ਕਿਤੇ ਵੀ, ਤੈਨੂੰ ਮੈਂ ਕਿੱਥੋਂ ਦੇ ਦਿਆਂ। ਉਹ ਕਹੇ ਮੈਂ ਮਰਦਾ ਫਿਰ। ਉਹ ਕਹਿੰਦੇ ਰਾਜਨੀਤਿਕ ਬੰਦਿਆਂ ਦੀਆਂ ਗੱਲਾਂ ਯਕੀਨ ਨਹੀਂ ਕਰੀਦਾ ਹੁੰਦਾ, ਹਾਥੀ ਦੇ ਅੰਦਰ ਦਿਖਾਉਣ ਦੇ ਹੋਰ ਹੁੰਦੇ ਆ, ਦਿਖਾਉਣ ਦੇ ਹੋਰ ਹੁੰਦੇ ਆ। ਹੈਂ ਤੂੰ ਵੀ ਤਾਂ ਯਕੀਨ ਕਾਹਦੇ ਕਰਦਾ, ਇਹ ਤਾਂ ਛਲਬਲ ਹੁੰਦੇ ਇਹਨਾਂ ਦੇ। ਹਾਂਜੀ ਆਖੀ ਨਹੀਂ ਉਹਨਾਂ ਕਿਹਾ ਵੀ ਚਲੋ ਅੱਗੇ ਪਤੀ ਮਰ ਗਿਆ ਇਹ ਬਿਨਾਂ ਫਾਹਾ ਲੈ ਲੈ। ਉਹ ਕਹਿੰਦੇ ਵੀ ਜਿਹੜੇ ਤੇਰਾ ਪਿਓ ਮਰਿਆ ਸੀ ਨਾ ਅਤੇ ਕਬਰ 'ਚ ਦੱਬਿਆ ਸੀ, ਉਹਦੇ ਮੂੰਹ 'ਚ 1 ਰੁਪਇਆ ਭਾਰ ਸੀ ਜਾਂਦੀ ਦਾ। ਹੁਣ ਫਿਰ ਜਾ ਕੇ ਪਿਓ ਦੀ ਕਬਰ ਫਰੋਲੀ, ਰੁਪਇਆ ਕੱਢਿਆ। ਉਹ ਕਾਰੂਨ ਤਾਂ ਲਓ ਜੀ ਵੀ ਹੁਣ ਆ ਦਿਓ ਕੰਨਿਆਦਾਨ। ਹੈਂ ਕਹਿੰਦਾ ਤੂੰ ਉਹ ਤਾਂ ਫੇਰ ਦਊਂਗਾ, ਪਹਿਲਾਂ ਇਹ 10 ਰੁਪਇਆ ਲਿਆ ਕਿੱਥੋਂ। ਹੈਂ ਫਿਰ ਮੈਂ ਤਾਂ ਛੱਡੇ ਨਹੀਂ ਕਿਤੇ ਵੀ। ਕਹਿੰਦਾ ਐਂ ਉਹ ਕਹਿੰਦਾ ਸਾਰੀਆਂ ਕਬਰਾਂ ਫਲਾਓ, ਸਾਰੀਆਂ ਕਬਰਾਂ ਫਲਾ ਕੇ ਉੱਥੋਂ ਵੀ ਕਢਾ ਲਿਆ। ਹਾਂਜੀ ਅਤੇ ਲੋਕਾਂ ਕੋਲ ਹੁਣ ਪੈਸਾ ਹੀ ਨਹੀਂ ਤਾਂ ਕਾਰੋਬਾਰ ਚੱਲੇ ਕਿਵੇਂ, ਬਿਹਾਰ ਦਾ ਮਾਇਆ ਨਹੀਂ ਚੱਲਣਾ ਇਹ। ਅਤੇ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਚਲੇ ਗਏ, ਧੰਨ ਗੁਰੂ ਨਾਨਕ ਪਾਤਸ਼ਾਹ ਦੁਖੀਆਂ ਦੀ ਆਵਾਜ਼ ਸੁਣਦੇ ਆ, ਜਾ ਕੇ ਬਹਿ ਗਏ ਅਤੇ ਦੁਰਬਾਨਾ ਨੂੰ ਕਿਹਾ ਵੀ ਇਸ ਤਰ੍ਹਾਂ ਮਹਾਂਪੁਰਸ਼ ਸਭ ਸੰਤ ਆਏ ਆ, ਮਰਦਾਨਾ ਜੀ ਨੂੰ ਭੇਜਿਆ ਵੀ ਸੁਨੇਹਾ ਦਿਓ, ਮਿਲਣਾ ਚਾਹੁੰਦੇ ਆ। ਉਹ ਕਹਿੰਦੇ ਸੰਤ ਜੀ ਅਸੀਂ ਰਾਜੇ ਨੂੰ ਸੁਨੇਹਾ ਕਿਵੇਂ ਦੇ ਦਈਏ, ਹੈਂ ਤੁਸੀਂ ਪਤਾ ਨਹੀਂ ਕਿੱਧਰ ਤੁਰੇ ਫਿਰਦੇ ਹਾਂ। ਹੈਂਜੀ ਅਖੀ ਨੇ ਸੁਨੇਹਾ ਦਿਓ ਤਾਂ ਸਹੀ। ਹੈਂ ਅਤੇ ਉਹ ਫਿਰ ਉਹਨਾਂ ਨੂੰ ਵੀ ਪਤਾ ਸੀ ਵੀ ਰਾਜ ਦਾ ਸੁਭਾਅ ਜੇ ਹੋ ਜਿਹਾ, ਖੈਰ ਧੱਕੇ ਧੱਕਾ ਚੱਲ ਗਿਆ ਅਤੇ ਮਹਾਰਾਜ ਦੀ ਆਪਣੀ ਲੀਲਾ ਸੀ ਆ ਗਿਆ ਅਤੇ ਮਹਾਰਾਜ ਉੱਥੇ ਠੀਕਰੀਆਂ ਇਕੱਠੀਆਂ ਕਰੀ ਜਾਣ ਨੀਵੀਂ ਪਾਈ। ਹੈਂ ਕਹਿੰਦੇ ਸਾਈਂ ਜੀ ਸੰਤ ਜੀ ਇਹ ਕੀ ਕਰਦੇ ਹਾਂ, ਕਹਿੰਦੇ ਠੀਕਰੀਆਂ ਇਕੱਠੀਆਂ ਕਰਦੇ ਹਾਂ। ਕਹਿੰਦੇ ਮਹਾਰਾਜ ਇਹ ਕੀ ਕਰਦੇ ਹਾਂ, ਕਹਿੰਦੇ ਜਿਲੇ ਅਸੀਂ ਸਰੀਰ ਛੱਡ ਕੇ ਸੱਚਖੰਡ ਜਾਵਾਂਗੇ ਨਾਲ ਲੈ ਜਾਵਾਂਗੇ। ਕਹਿੰਦੇ ਸੰਤ ਜੀ ਆ ਕਿਹੋ ਜਿਹੀਆਂ ਪੁਰੀਆਂ ਗੱਲਾਂ ਕਰਦੇ ਹਾਂ ਵੀ ਨਾਲ ਤਾਂ ਸਰੀਰ ਵੀ ਨਹੀਂ ਜਾਂਦਾ, ਠੀਕ ਹੈ ਚੱਲ ਜਾਓ। ਅਤੇ ਮਹਾਰਾਜ ਨੂੰ ਹੁਣ ਚੋਟ ਲਾਉਣੀ ਸੀ, ਕਹਿਣ ਲੱਗੇ ਤੂੰ ਜਿਹੜੇ ਆ 40 ਗਾਂ ਜੋੜੇ ਆ ਤੇਰੇ ਨਾਲ ਚੱਲ ਜਾਣਗੇ, ਸਾਰੀ ਪਰਜਾ ਨੂੰ ਸੂਲੀ ਟੰਗਿਆ ਪਿਆ। ਹੈਂ ਫਿਰ ਦਿਮਾਗ ਦਾ ਕੀੜਾ ਕੱਢਿਆ ਮਹਾਰਾਜ ਨੇ। ਫਿਰ ਮਹਾਰਾਜ ਕਹਿੰਦੇ ਆ ਸਾਰੇ ਵੰਡ ਦੇ ਗਰੀਬ ਲੋਕਾਂ 'ਚ, ਹੈਂ ਦਮੜਾ ਤਿਸਕਾ ਜੋ ਖਰਚਿਆ ਰਖਾਏ, ਦੇਵੇ ਦਲਾਵੇ ਰਜਾਏ ਖਦਾਏ, ਪੋਤਾ ਨਾ ਰੱਖੇ ਅਕੇਲਾ ਨਾ ਖਾਏ, ਇਹ ਪ੍ਰਦੇਸ਼ ਫਿਰ ਨਸੀਤਨਾਮੇ ਨਾਲ ਕਾਰੂ ਬਾਦਸ਼ਾਹ ਨੂੰ ਮਾਰਨ ਦਿੱਤਾ ਸੀ। ਇਸ ਕਰ ਕਹਿੰਦੇ ਲੈਂਦਾ ਵੱਧ ਤੋਂ ਆਏ ਤੂੰ, ਲੋਕਾਂ ਦੀਆਂ ਵਾਧੂਆਂ ਲਈ ਜਾਂ ਮਾਇਆ ਕਰੇ ਕਤ। ਕਹਿੰਦੇ ਰਾਜਾ ਜਿਹੜਾ ਆ ਉਹ ਪਰਜਾ ਦੀ ਰਾਖੀ ਲਈ ਬਣਾਇਆ, ਵੀ ਜਿਹੜੇ ਤੇਰੇ ਆਸਰੇ ਪਰਜਾ ਦਾ ਜੀਵਨ ਆ ਅਤੇ ਤੂੰ ਲੋਕਾਂ ਨੂੰ ਤੰਗ ਕਿਉਂ ਕਰਦਾ, ਨਾ ਕੋਈ ਅਫਸਰ ਆ ਜੇ ਉਹਦੇ ਆਸਰੇ ਕਿਸੇ ਦਾ ਜੀਵਨ ਆ। ਹੈਂ ਅਤੇ ਹੁਣ ਤਾਂ ਇਹ ਆ ਵੀ ਉਹਨਾਂ ਦੀ ਵੀ ਛਿੱਲ ਲਾਈ, ਚਲੋ ਹਿਸਤ ਨਹੀਂ ਆ ਜਿੱਥੇ ਕੋਈ ਬੈਠਾ ਆ ਵੀ ਇਹੀ ਕੰਮ ਕਰਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਆ ਲੋਕਾਂ ਦੀਆਂ ਵਾਧੂਆਂ ਲੈ ਰਹੇ ਹਾਂ ਅਤੇ ਮਾਇਆ ਇਕੱਠੀ ਕਰ ਰਹੇ ਹਾਂ, ਸਰਾਪ ਲੈ ਰਹੇ ਹਾਂ। ਜਿਸ ਨੂੰ ਦੂ ਪਤਿਆਏ ਦਾ ਹੈ ਸੋ ਸਣ ਤੋਂ ਜਾਣਿਤ। ਕਹਿੰਦੇ ਜਿਹੜੇ ਕੁਟੰਬ ਨੂੰ ਆਪਣਾ ਜਾਣ ਕੇ ਪਤਿਆਉਂਦਾ ਨਾ, ਨਿਸ਼ਚਾ ਕਰਦਾ ਮੇਰਾ ਪਰਿਵਾਰ ਸਦਾ ਰਹਿਣਾ ਜਿਨ੍ਹਾਂ ਲਈ ਠੱਗੀਆਂ ਠੋਰੀਆਂ ਕਰਦਾ। ਕਹਿੰਦੇ ਤੇਰੇ ਸਰੀਰ ਦੇ ਸਮੇਤ, ਤੇਰੇ ਕੁਟੰਬੀਆਂ ਸਮੇਤ ਅਨਿਤ ਮੈਨੇ ਨਿੱਤ ਰਹਿਣ ਵਾਲਾ ਨੇ, ਸਾਰਾ ਕੁਝ ਨਾਸ ਹੋ ਜਾਣ ਵਾਲਾ ਜਿਨ੍ਹਾਂ ਲਈ ਕਰਦਾ। ਹੈਂ ਉਹ ਤੇਰਾ ਸਰੀਰ ਨਹੀਂ ਰਹਿਣਾ, ਉਹਨਾਂ ਦਾ ਵੀ ਨਹੀਂ ਰਹਿਣਾ, ਅਤੇ ਫਿਰ ਇਹ ਗਲਤ ਕੰਮ ਕਿਉਂ ਕਰ ਰਿਹਾ। ਅਹੰਕਾਰ ਕਰੇ ਅਹੰਕਾਰੀਆ ਵਿਆਪਿਆ ਮਨ ਕੀਮਤ। ਹੰਕਾਰ ਕਰ ਕਹਿੰਦੇ ਹੰਕਾਰੀ ਹੋ ਰਿਹਾ, ਉਹਦਾ ਕਾਰਨ ਕੀ ਹੈ, ਉਹ ਆਪਣੇ ਮਨ ਦੀ ਜਿਹੜੀ ਮੱਤ ਹੈ ਨਾ ਬੁੱਧੀ ਉਹ 'ਚ ਵਿਆਪਿਆ, ਉਹਦੇ 'ਚ ਲੱਗ ਰਿਹਾ, ਕਿਸੇ ਸਿਆਣੇ ਦੀ ਗੱਲ ਨਹੀਂ ਸੁਣਦਾ ਨਾ ਸਿਆਣੇ ਦੀ ਸਿੱਖਿਆ ਲੈਂਦਾ। ਇਸ ਵਾਸਤੇ ਹੈਂ ਜੀ ਜਿਵੇਂ ਤੇਰਾ ਮਨ ਚਾਹੁੰਦਾ ਤੂੰ ਕਰ ਰਿਹਾ, ਇਸ ਕਰਕੇ ਨਾ ਤਾਂ ਤੂੰ ਬਾਣੀ
ਅਤੇ ਅਨੁਸਾਰ ਚੱਲਦਾ, ਨਾ ਕਿਸੇ ਮਹਾਂਪੁਰਖਾਂ ਦੀ ਆਗਿਆ 'ਚ ਚੱਲਦਾ, ਆਪਣੀਆਂ ਮਨਮਰਜ਼ੀਆਂ ਨਾਲ ਅਮੋੜ ਹੋ ਕੇ ਤੁਰਦਾ। ਹੁਣ ਘਰਾਂ 'ਚ ਵੀ ਲੈ ਲਓ, ਬੱਚੇ ਜਿਹੜੇ ਮਨਮਰਜ਼ੀਆਂ ਕਰਦੇ ਆ, ਉਹ ਘਰ ਦੇ ਵਿੱਚ ਕਲੇਸ਼ ਖੜ੍ਹਾ ਹੋ ਜਾਂਦਾ। ਇਹ ਇਸਤਰੀਆਂ ਪੁਰਸ਼ ਹੈ, ਹੁਣ ਫੋਨਾਂ ਨਾਲ ਅਤੇ ਨੈੱਟਾਂ ਨਾਲ ਦੇਖ ਲਓ, ਗੱਲਾਂ ਬਾਤਾਂ ਚਿੱਠੀ 'ਚ ਪੱਠੀ ਬੜੀ ਨੇੜੇ ਕਰਤੀ ਆ, ਪਰ ਬੰਦਾ ਬੰਦੇ ਤੋਂ ਦੂਰ ਹੋਇਆ ਕਿ ਨਹੀਂ? ਬੰਦਾ ਬੰਦੇ ਤੋਂ ਦੂਰ ਹੋਇਆ। ਆ ਹੁਣੇ ਕੋਈ ਆਇਆ ਸੀ, ਕਹਿੰਦੇ ਮਹਾਰਾਜ ਕਿਰਪਾ ਕਰੋ, ਇਹ ਦੋ ਜਿਹੜਾ ਡਿਵੋਰਸ ਹੋ ਗਿਆ। ਮੈਂ ਕਿਹਾ ਇੱਥੇ ਤਾਂ ਪੰਜ ਪੰਜ ਕਰਾਈ ਫਿਰਦੇ ਆ, ਪੰਜ ਪੰਜ ਡਿਵੋਰਸ ਹੋਏ ਪਏ ਆ। ਆ ਬਲੈਤਾਂ ਜਾਈਦਾ, ਦੇਖੇ ਆ ਪੰਜ ਪੰਜ ਜਗ੍ਹਾ ਡਿਵੋਰਸ ਹੋਏ। ਹੁਣ ਉਹ ਰਿਸ਼ਤੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਰਹਿ ਗਈ, ਜੋ ਹਾਲ ਹੈ ਫਿਰ ਬਣਿਆ ਹੈ। ਅਤੇ ਜਿਹਨੂੰ ਗੁਰੂ ਗ੍ਰੰਥ ਸਾਹਿਬ ਮੋਹਰੇ ਲਾਵਾਂ ਲੈਂਦੇ ਸੀ, ਹਾਂਜੀ, ਅਤੇ ਅੱਜ ਉਹ ਸਾਰਾ ਕੁਛ ਭੁੱਲ ਭੁਲਾ ਗਿਆ ਲੋਕਾਂ ਨੂੰ, ਹਾਂਜੀ। ਅਤੇ ਇਸ ਤਰ੍ਹਾਂ ਦਾ ਹਾਲਤ ਹੋਇਆ ਹੋਇਆ। ਹੁਣ ਕਈ ਉੱਧਰ ਨਿਆਣੇ ਆ, ਉਹ ਵਿਆਹ ਹੀ ਨਹੀਂ ਕਰਵਾਉਂਦੇ, ਵੀ ਬਾਅਦ 'ਚ ਵੀ ਆਹ ਕੁਛ ਹੋਣਾ, ਫਿਰ ਚਲੋ ਆਪਣਾ ਕਮਾਈ ਖਾਈ ਜਾਂਦੇ ਆ। ਇਹ ਤਾਂ ਇਹ ਬੜਾ ਹੁਣ ਇਹਨਾਂ ਨੂੰ ਹੋ ਗਿਆ, ਇਹੋ ਜਿਹਾ ਬਹੁਤ ਹੈ। ਡਿਗਰੀਆਂ ਕੀਤੀਆਂ, ਉਹ ਤੁਰਦੇ ਹੀ ਨਹੀਂ ਇੱਧਰ ਨੂੰ, ਆਹ ਦੇਖ ਕੇ ਲੋਕਾਂ ਦਾ। ਇਸ ਕਰਕੇ ਮਹਾਰਾਜ ਕਹਿੰਦੇ ਆ, ਇਹ ਮਨ ਦੀ ਮੱਤ ਦੇ ਪੁਆੜੇ ਆ, ਜੇ ਗੁਰਮਤ ਆ ਜਾਏ ਫਿਰ ਤਾਂ ਰੌਲਾ ਹੀ ਕੋਈ ਨਹੀਂ, ਫਿਰ ਰੌਲਾ ਨਹੀਂ ਕੋਈ, ਹਾਂਜੀ। ਇੱਕ ਉਹ ਬਜ਼ੁਰਗ ਹੁੰਦੇ ਸੀ, ਉਹਨੇ ਗੱਲ ਸੁਣਾਈ, ਉਹ ਕਹਿੰਦੇ ਵੀ ਘਰਦਿਆਂ ਨੂੰ ਹੋ ਗਿਆ, ਇਹਨੂੰ ਸ਼ਾਇਦ ਕੋਈ ਛਾਇਆ ਛੂਇਆ ਜਾਂ ਪਾਗਲਪਨ। ਉਹਨੇ ਕੀ ਕੀਤਾ ਜੀ, ਲੱਤਾਂ ਨੂੰ ਸੰਗਲ ਲਪੇਟਤਾ, ਵੀ ਜਿਹੜੇ ਖੂਨ ਦਾ ਦੁਆਰਾ ਬਣਦਾ, ਉਹ ਜੇ ਕੋਈ ਚੀਜ਼ ਚਿੰਬੜੀ ਆ ਉਹ ਵੀ ਬੋਲੂਗੀ ਜਾਂ ਕਿਵੇਂ ਆ। ਅੱਛਾ, ਉਹ ਕਹਿੰਦਾ ਵੀ ਜੇ ਲੇਹ ਹੋਇਆ ਨਾ, ਅਤੇ ਮੈਨੂੰ ਬਾਬਾ ਨਖਰੇ ਸਲੋਕ ਚੇਤੇ ਆ ਗਿਆ, ਟੂਟੇ ਬੰਧਨ ਜਾ ਕੇ ਹੋਇਆ ਸਾਧੂ ਸੰਗ, ਜੋ ਰਾਤੇ ਰੰਗ ਇਹ ਨਾਮ ਗੂੜਾ ਰੰਗ। ਕਹਿੰਦਾ ਸੰਗਲ ਢਿੱਲੇ ਹੋ ਗਿਆ ਅਤੇ ਮੈਂ ਰਾਜੀ ਹੋ ਗਿਆ। ਫਿਰ ਹੁਣ ਗੀਤਾ ਜੀ ਦਾ ਇਤਿਹਾਸ ਪੜ੍ਹਨਾ, ਅਤੇ ਸੁਖਮਣੀ ਸਾਹਿਬ, ਫਿਰ ਜੀ ਉਹਦਾ ਵਿਆਹ ਕਰਨ ਦਾ ਬਣ ਗਿਆ। ਜਿਹਦੇ ਨਾਲ ਵਿਆਹ ਕੀਤਾ, ਅਤੇ ਉਹਦੀਆਂ ਦੋਨੋਂ ਲੱਤਾਂ ਜਿਹੜੀਆਂ ਸੀਆਂ ਉਹ ਕੰਮ ਨਹੀਂ ਸੀ ਕਰਦੀਆਂ। ਉਹਦੇ ਪੇਟੋਂ ਦੋ ਕੁੜੀਆਂ, ਚਾਰ ਮੁੰਡੇ ਜੰਮੇ, ਹਾਂਜੀ। ਅਤੇ ਮੰਜੇ 'ਤੇ ਉਹ ਬੈਠੀ ਹੁੰਦੀ ਸੀ, ਅਤੇ ਉਹਦੀਆਂ ਨੋਹਾਂ ਜਿਵੇਂ ਧੁਣਖੀ ਤੋਂ ਕਾਂ ਡਰਦਾ ਉਹ ਜਾਂਦੀਆਂ ਸੀ, ਇੰਨਾ ਸਭ ਸੰਸੋਖ ਸੀ ਕਹਿਣਾ ਮੰਨਣ। ਅਤੇ ਪਿੰਡ ਦਾ ਕੋਈ ਬੰਦਾ ਨਹੀਂ ਜਿਹੜਾ ਉਹਨੂੰ ਮਿਲ ਕੇ ਨਾ ਜਾਏ, ਕੋਈ ਪਿਛਲਾ ਸਿਤਾਰਾ ਵੀ ਸੀ, ਹੈਂ, ਹਰ ਖਬਰ ਪੁੱਛ ਲਓ। ਅਤੇ ਇੰਨਾ ਉਹਦਾ ਅਖੀਰ ਤੱਕ ਤਪ ਰਿਹਾ, ਉਹ ਬੰਦਾ ਦੇਖ ਲਓ, ਉਹਨੇ ਇਹ ਨਹੀਂ ਦੇਖਿਆ ਵੀ ਇਹ ਇਸ ਤਰ੍ਹਾਂ ਦੀ ਕਿਰਿਆ ਆ, ਅਤੇ ਮੈਂ ਅਤੇ ਹੁਣ ਆ ਦੇਖ ਦਿਖਾਈ ਕਰਦੇ ਆ, ਗੁਰਦੁਆਰਿਆਂ ਜਾ ਕੇ ਕਰਦੇ ਆ, ਹੈਂ, ਅਤੇ ਗੁਰੂ ਗ੍ਰੰਥ ਸਾਹਿਬ ਮੋਹਰੇ ਲੱਖਾਂ ਰੁਪਏ ਖਰਚਦੇ ਆ, ਫਿਰ ਇਹ ਲੜਕੀ ਸੋਖ ਨਾ ਬਸੇ, ਸੋਫੇ ਸੈੱਟ, ਟੈਲੀਵਿਜ਼ਨ, ਅਤੇ ਕੱਪੜੇ ਧੋਣ ਦੀਆਂ ਮਸ਼ੀਨਾਂ, ਭਾਂਡਾ ਟਿੰਡਾ, ਗਹਿਣਾ ਗੱਟਾ, ਫਿਰ ਤੇਵਰ ਜੇਵਰ, ਹਾਂਜੀ, ਅਤੇ ਨਗਦ ਵੀ, ਅਤੇ ਹੋਰ ਬਹੁਤ ਕੁਛ ਦਿੰਦੇ ਆ, ਹੈਂ। ਫਿਰ ਵਿਆਹ ਦੇ ਵਿੱਚ ਕੁੱਕੜ ਮੁਰਗੇ, ਹਾਂਜੀ, ਪਸ਼ੂ ਪੰਛੀ ਕਿੰਨੇ ਜਵਾ ਹੁੰਦੇ ਆ, ਪੇਟੀਆਂ ਦੀਆਂ ਪੇਟੀਆਂ ਸ਼ਰਾਬ ਉੱਡਦੀ ਆ, ਫਿਰ ਜਾ ਕੇ ਆ ਗਾਉਣ ਵਜਾਉਣ ਵਾਲੀਆਂ ਸਾਦੇ ਆ, ਉਹਨਾਂ ਨੂੰ ਪੰਜ ਪੰਜ ਲੱਖ ਰੁਪਇਆ ਦਿੰਦੇ ਆ, ਹੈਂ, ਅਤੇ ਫਿਰ ਬੇਲਾਂ ਬੂਲਾਂ ਜੁੜੀਆਂ ਹੁੰਦੀਆਂ ਬੋਤਲਾਂ ਪੀ ਕੇ, ਹੈਂ, ਅਤੇ ਇੱਕ ਕੁੜੀ ਸੁੱਖ ਨਾ ਬਸੇ, ਹਾਲੇ ਹਫ਼ਤਾ ਨਹੀਂ ਹੁੰਦਾ ਤਾਂ ਉਦੋਂ ਤੇੜ ਪੈ ਜਾਂਦੀ ਹੈ, ਹੈਂ। ਵਿਆਹ ਗੁਰਦੁਆਰੇ ਕਰ ਲਿਆ, ਜਾ ਕੇ ਜੋ ਕਰਤੂਤਾਂ ਕਰਦੇ ਤੁਹਾਨੂੰ ਪਤਾ ਹੀ ਆ।
ਤੁਸੀਂ ਗ੍ਰਹਿਸਥੀ ਆ, ਤੁਸੀਂ ਅੱਖਾਂ ਨਾਲ ਦੇਖਦੇ ਹੀ ਆ ਵੀ ਲੋਕ ਲਾਹ 'ਚ ਜਾਂਦੇ ਵੀ ਆ ਅਤੇ ਉੱਥੇ ਹੱਡੀਆਂ ਦੇ ਪੂਰੇ ਢੇਰ ਲੱਗ ਜਾਂਦੇ ਆ, ਹੱਡਾ ਰੋੜੀ ਬਣ ਜਾਂਦੀ ਆ। ਹੈਂ ਹੁਣ ਲੈ ਲਓ ਵੀ ਸਾਡੀ ਸਿੱਖੀ ਕਿਹਦੇ ਨੂੰ ਤੁਰੀ ਹੋ। ਹੈਂ ਚੰਗੇ ਚੰਗੇ ਬੰਦੇ ਜਿਹੜੇ ਆ, ਜੇ ਕਹੀਏ ਕੀ ਕਰੀਏ ਬਾਬਾ ਜੀ ਹੁਣ ਲੋਕ ਲਾਜ, ਗੁਰੂ ਦੀ ਲਾਜ ਨਹੀਂ, ਲੋਕਾਂ ਦੀ ਲਾਜ ਹੈਗੀ ਆ, ਗੁਰੂ ਦੀ ਨਹੀਂ ਲਾਜ, ਗੁਰੂ ਦਾ ਨਹੀਂ ਪਾਇਆ ਕੋਈ ਵੀ। ਹੈਂ ਵੀ ਜਿਹਨਾਂ ਲੋਕਾਂ ਮਗਰ ਤੁਰੇ ਫਿਰਦੇ ਹਾਂ ਉਹ ਤੁਹਾਡੀ ਸਹਾਇਤਾ ਕਰਨਗੇ। ਹੈਂ ਮਹਾਰਾਜ ਕਹਿੰਦੇ ਲੋਕ ਪਤੀਣੇ ਕਛ ਨੂੰ ਹੋਵੇ ਨਾ ਹੀ ਰਾਮ ਆਣਾ। ਹੈਂ ਲੋਕਾਂ ਰਾਮ ਖਲੋਨਾ ਜਾਣਾ ਉਹ ਬਣਾਇਆ, ਹੁਣ ਇਹ ਹਾਲ ਆ। ਗੁਰੂ ਦਾ ਭੈ ਨਹੀਂ, ਕੋਈ ਬਿਰਲੇ ਬਿਰਲੇ ਪਰਿਵਾਰ ਆ ਜਿਹੜੇ ਗੁਰੂ ਦਾ ਬਾਣੀ ਦਾ ਭੈ ਰੱਖ ਕੇ ਕਰਦੇ ਆ, ਅਤੇ ਮਹਾਰਾਜ ਉੱਥੇ ਮਿਹਰ ਵੀ ਕਰ ਦਿੰਦੇ ਆ। ਅਹੰਕਾਰ ਕਰੇ ਅਹੰਕਾਰੀਆ ਵਿਆਪਿਆ ਮਨ ਕੀ ਮਤ, ਅਹੰਕਾਰੀ ਹੋ ਕੇ ਅਹੰਕਾਰ ਕਰਦਾ ਕਿਉਂ ਮਨ ਦੀ ਮਤ ਦੇ ਮੁਤਾਬਕ ਚੱਲ ਰਿਹਾ, ਗੁਰ ਦੀ ਮਤ ਨਾ ਹੋਵੇ। ਆ ਹੁਣ ਕਈ ਵੀ ਸੁਸਾਇਟੀਆਂ ਹੁੰਦੀਆਂ, ਹਾਂਜੀ ਇੰਨੇ ਮਤੇ ਪਾਸ ਕੀਤੇ, ਹਾਂਜੀ ਉਹ ਸਾਡੇ ਸੰਤ ਸਮਾਜ ਵਾਲੇ ਇੱਕ ਵਾਰੀ ਅਸੀਂ ਮਤੇ ਪਾਸ ਕੀਤੇ, ਕਹਿ ਕੇ ਫਿਰ ਮਤੇ ਤੁਹਾਡੇ ਨੇ ਕੀ ਕਰਨਾ, ਤੁਸੀਂ ਗੁਰੂ ਅੱਖਰ ਨਾਲ ਵੜਾਤਾ ਜਾਣ ਤੋਂ ਹੁੰਦਾ ਵੀ ਗੁਰਮਤਾ, ਜਦ ਗੁਰੂ ਹੀ ਹੈ ਨਹੀਂ ਮਤੇ ਨਾ, ਫਿਰ ਆਪਣੀ ਮਤ ਹੋ ਗਈ, ਉਹ ਮਤਾ ਸਿਰੇ ਚੜੂਗਾ ਜਿਹਦੇ ਨੇ ਗੁਰੂ ਦੀ ਮਤ ਹੈ ਨਹੀਂ। ਮਹਾਰਾਜ ਕਹਿੰਦੇ ਗੁਰ ਕੀ ਮਤ ਤੂੰ ਲੇਹੇ ਆਨੇ, ਭਗਤ ਬਿਨਾਂ ਬ ਡੂਬੇ ਸਿਆਣੇ। ਮਤੇ ਪਾਸ ਕਰਦੇ ਹਾਂ, ਕਦੀ ਇਹ ਵੀ ਕੀਤਾ ਵੀ ਗੁਰਮਤਾ ਕੀਤਾ, ਗੁਰੂ ਦੇ ਪਾਸੇ ਰਾਹ, ਹਾਂਜੀ ਜੇ ਗੁਰੂ ਦਾ ਮਤ ਕਰੋ ਫਿਰ ਤਾਂ ਕਾਮਯਾਬੀ ਹੋ ਜਾਏ, ਜਿਹੜੇ ਤੁਹਾਡਾ ਆਪਣਾ ਮਤ ਆ ਗਿਆ ਤੂੰ ਮਤੇ ਨਹੀਂ ਕੀ ਕਰਨਾ, ਫਲਾਨਾ ਮਤਾ ਜੀ, ਗੁਰੂ ਦਾ ਮਤਾ ਛੱਡ ਦਿੱਤਾ। ਜਿੰਨਾ ਚਿਰ ਗੁਰੂ ਦਾ ਮਤਾ ਮੰਨਦੇ ਰਹੇ ਫਿਰ ਤਾਂ ਕੋਈ ਘਾਟ ਹੀ ਨਹੀਂ, ਫਿਰ ਤਾਂ ਜਿੱਧਰ ਜਾਂਦੇ ਉਹ ਬਲਦੀਆਂ ਭੱਠੀਆਂ 'ਚ ਵੀ ਵੜ ਗਏ, ਬੰਦਵਾਂ ਕਟਾ ਲਿਆ, ਆਰੇ ਫਰਾ ਲਿਆ, ਖੋਪਰੀਆਂ ਲਹਾ ਲਈਆਂ, ਜਿੱਥੇ ਗੁਰੂ ਦੀ ਮਤ ਸੀ ਐਂ ਬੈਠੇ ਆ ਆਨੰਦ ਸਰੂਪ ਦੇ ਵਿੱਚ। ਤਿੰਨ ਪ੍ਰਭਾਵ ਭੁਲਾਇਆ ਨਾ ਤਿਸ ਜਾਤ ਨਾ ਪਥ, ਕਹਿੰਦੇ ਇਹੋ ਜਿਹੇ ਜਿਹੜੇ ਪੁਰਸ਼ ਹਨ ਪਰਮੇਸ਼ੁਰ ਦੀ ਐਸੀ ਮਾਇਆ ਕਹਿੰਦੇ ਉਹਨਾਂ ਨੂੰ ਭੁਲਾ ਦਿੱਤਾ, ਹਾਂਜੀ ਇਹ ਜਿਹੜੇ ਇਹੋ ਜਿਹੇ ਬੰਦੇ ਆ ਨਾ ਇਹਨਾਂ ਦੀ ਕੋਈ ਉੱਤਮ ਜਾਤੀ ਆ ਨਾ ਕੋਈ ਪਤ ਇਹਨਾਂ ਦੀ ਇੱਜ਼ਤ ਆ, ਆਪਣੇ ਆਪ ਤੋਂ ਜਿੰਨਾ ਮਰਜ਼ੀ ਸਮਝ ਅਸੀਂ ਬੜੇ ਸ੍ਰੇਸ਼ਟ ਹਾਂ, ਹੈਂ ਸਾਡੀ ਉੱਤਮ ਜਾਤੀ ਹੈ, ਸਾਡੀ ਇੱਜ਼ਤ ਬਹੁਤ ਉੱਚੀ ਹੈ, ਪਰ ਗੁਰੂ ਨਾਨਕ ਦੇ ਦਰਬਾਰ 'ਚ ਉਹਨੂੰ ਕਹਿੰਦੇ ਕਾਣੀ ਕੌਡੀ ਇਹਨਾਂ ਦਾ ਮੁੱਲ ਨਹੀਂ, ਕਾਣੀ ਕੌਡੀ ਮੁੱਲ ਨਹੀਂ, ਹਾਂਜੀ ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ, ਕਹਿੰਦੇ ਜਿਹਨਾਂ ਪੁਰਸ਼ਾਂ ਨੂੰ ਸਤਿਗੁਰ ਪੁਰਖ ਨੇ ਨਿਰੰਕਾਰ ਪਰਮੇਸ਼ੁਰ ਨੂੰ ਮਿਲਾ ਦਿੱਤਾ, ਕਹਿੰਦੇ ਉਹ ਜਿਹੜਾ ਨਿਰੰਕਾਰ ਪਰਮੇਸ਼ੁਰ ਆ ਉਹ ਹੀ ਸੱਚਾ ਸੱਜਣ ਆ, ਬਾਕੀ ਤਾਂ ਸਾਰੇ ਝੂਠੇ ਹੀ ਆ। ਹੈਂ ਲੋਕਾਂ ਦਾ ਹਾਲ ਹੁੰਦਾ ਗਧੇ ਦੇਖੇ ਕਿ ਨਹੀਂ, ਗਧੇ ਇਕੱਠੇ ਹੋ ਜਾਣਗੇ, ਪਹਿਲੇ ਤਾਂ ਮੂੰਹ ਨਾਲ ਮੂੰਹ ਜੋੜਨਗੇ, ਜਿਹੜੇ ਜਾਂਦੇ ਨਾ ਇੱਕ ਦਿਨ ਦਲਾਤੀ ਮਾਰ ਕੇ ਉਹ ਉੱਧਰ ਦੌੜ ਜਾਓ ਉੱਧਰ ਦੌੜ ਜਾਓ, ਆ ਜਿਹੜੇ ਨਸ਼ਾ ਹੀ ਨਾ ਤਾਂ ਇਹ ਹੁੰਦਾ, ਪਹਿਲਾਂ ਤਾਂ ਇਕੱਠੇ ਸੋਬਿਆਂ 'ਤੇ ਬਹਿ ਕੇ ਮੇਚਾਂ ਦੇ ਬੋਤਲ ਉੱਡਦੀ ਹੈ, ਜਿਹੜੇ ਜਾਣਗੇ ਕਿ ਉਹ ਮੇਚ ਕੁਰਸੀਆਂ ਚੱਕ ਕੇ ਇੱਕ ਦੂਜੇ ਦੇ ਸਿਰਾਂ 'ਚ ਠੋਕਦੇ ਹੈ, ਇਹ ਹਾਲ ਹੁੰਦਾ ਇਹਨਾਂ ਦਾ। ਹੈਂ ਪਿਓ ਗਧਿਆਂ ਵਾਂਗੂ ਟੀਟਣੇ ਪੂਰੇ ਮਾਰਦੇ ਨਾ, ਇਸ ਤਰ੍ਹਾਂ ਦੀ ਹਾਲਤ ਸੰਸਾਰੀ ਲੋਕਾਂ ਦੀ ਇਹਨਾਂ ਦੀ ਜਿਹੜੇ ਗੁਰੂ ਤੋਂ ਬੇਮੁੱਖ ਇਹਨਾਂ ਦੀ ਬਣੀ ਹੋਈ ਹੈ। ਹਰ ਜਾਣਕਾਰ ਆਖਾ ਏਕ ਹੈ, ਹਾਂਜੀ ਅਤੇ ਇਸ ਕਰਕੇ ਕਹਿੰਦੇ ਆ ਕਿ ਹਰੀ ਦਾ ਜਿਹੜਾ ਜਾਣਿਆ ਨਾ ਉਹਦਾ ਰਾਖਾ ਵਾਹਿਗੁਰੂ, ਕਿਆ ਮਨ ਸੋਹਮ ਮੈਂ ਰੋਏ, ਕਹਿੰਦੇ ਬੰਦਾ ਅਹੰਕਾਰ ਕਰਕੇ ਰੋ ਰਿਹਾ, ਪਹਿਲਾਂ ਨਹੀਂ ਸਮਝਦਾ, ਜਿਹੜੇ ਪਾਣੀ ਫਿਰ ਸਿਰੋਂ ਉੱਪਰੋਂ ਲੰਘ ਜਾਂਦਾ ਨਾ ਫਿਰ ਆਉਂਦਾ, ਫਿਰ ਕਹਿਣਗੇ ਬਾਬਾ ਜੀ ਤੁਸੀਂ 10 ਸਾਲ ਪਹਿਲਾਂ ਮਿਲ ਜਾਂਦੇ,
ਮੈਂ ਕਿਹਾ ਹੁਣ ਕਿਹੜਾ ਮਿਲਦੇ ਹੋ ਤੁਸੀਂ, ਹੁਣ ਵੀ ਬੁੱਧੀ ਇੱਧਰ ਨੂੰ ਤਾਂ ਨਹੀਂ ਆਉਂਦੀ। ਇਹ ਕਹਿਣੀ ਸਾਰਾ ਕੁਝ ਗੁਆਚ ਗਿਆ, ਪਹਿਲਾਂ ਕਿਤੇ ਸੰਗਤ ਮਿਲ ਜਾਂਦੀ, ਸੰਗਤ ਤਾਂ ਸਦਾ ਹੀ ਮਿਲ ਸਕਦੀ ਹੈ, ਪਰ ਜੇ ਮਨ ਵਿੱਚ ਸ਼ੌਕ ਹੋਵੇ ਇਹ ਸਾਨੂੰ ਸੰਗਤ ਮਿਲੇ, ਪਰ ਉੱਧਰ ਧਿਆਨ ਨਹੀਂ। ਉਦੋਂ ਤਾਂ ਕਹਿੰਦੇ ਆ ਫਿਰ ਹਾਂਜੀ ਕਿ ਇਹ ਜਿਹੜਾ ਬੰਦਾ ਉਸ ਵੇਲੇ ਹੰਕਾਰ ਦੇ ਵਿੱਚ ਫਿਰ ਹੁੰਦਾ ਹੈ। ਹਾਂਜੀ ਕਹਿੰਦੇ ਆ ਉਹਦੀ ਕਿਰਪਾ ਤੋਂ ਬਿਨਾਂ ਮਨੁੱਖ ਕਹਿੰਦੇ ਕੀ ਵਸਤੂ, ਕਿਉਂਕਿ ਹਉਮੈ ਕਰਕੇ ਰੋ ਰਿਹਾ, ਮਰ ਖੱਪ ਰਿਹਾ। ਜੋ ਜਨ ਭਾਵੈ ਸੋ ਕਰੇ, ਦਰ ਫੇਰ ਨਾ ਪਾਵੇ ਕੋਈ। ਕਹਿੰਦੇ ਹਰੀ ਨਿਰੰਕਾਰ ਦੇ ਜਿਹੜੇ ਜਨ ਜੋ ਕਰਨਾ ਚਾਹੁੰਦੇ ਨਾ, ਵਾਹਿਗੁਰੂ ਵੀ ਉਹੀ ਕਰਦਾ, ਉਹਨਾਂ ਦਾ ਫਿਰ ਉਹ ਕਹਿਣਾ ਮੋੜਦਾ ਨਹੀਂ ਹੈ, ਜਿਹੜੇ ਉਹਦੇ ਬਣ ਗਏ। ਹਾਂਜੀ ਅਤੇ ਫਿਰ ਕਹਿੰਦੇ ਉਹਨਾਂ ਦੀ ਜਿਹੜੀ ਆਗਿਆ ਆ ਉਹ ਵਾਹਿਗੁਰੂ ਦੇ ਦਰਬਾਰ ਵਿੱਚ ਕੋਈ ਮੋੜ ਨਹੀਂ ਸਕਦਾ। ਹਾਂਜੀ ਉਹ ਜਿਵੇਂ ਕੋਈ ਸੰਤ ਜਾਂਦਾ ਸੀ, ਹਾਂਜੀ ਅਤੇ ਆਪਣੇ ਬੋਰੇ ਸੈਟ ਜੀ ਪਿਆ ਸੀ, ਉਹ ਸੰਤਾਂ ਦੀ ਬੇਅਦਬੀ ਕੀਤੀ। ਹਾਂਜੀ ਜਿਹੜੇ ਕੀਤੀ ਅਤੇ ਅਕਾਲ ਪੁਰਖ ਵੱਲੋਂ, ਹਾਂਜੀ ਅਤੇ ਉਹ ਕੋਠੇ 'ਤੇ ਚੜ੍ਹਿਆ ਉੱਥੋਂ ਡਿੱਪਿਆ। ਫਿਰ ਉਹ ਜਿਹੜੀ ਉਹਦੇ ਘਰ ਵਾਲੀ ਸੀ ਉਹ ਰੋਵੇ। ਹਾਂਜੀ ਉਹ ਕਹਿੰਦੇ ਵੀ ਹੁਣ ਕੀ ਹੋਣਾ ਸੀ, ਯਾਰਾਂ ਯਾਰਾਂ ਦਾ ਝਗੜਾ, ਤੇਰੇ ਯਾਰ ਨੇ ਮੇਰੀ ਬੇਇੱਜ਼ਤੀ ਕੀਤੀ, ਹੁਣ ਮੇਰੇ ਯਾਰ ਨੇ ਤੇਰੇ ਯਾਰ ਨੂੰ ਸਜ਼ਾ ਦੇ ਦਿੱਤੀ। ਹੁਣ ਤਾਂ ਯਾਰਾਂ ਯਾਰਾਂ ਦਾ ਝਗੜਾ, ਤੇਰੇ ਯਾਰ ਨੇ ਮੇਰਾ ਅਪਮਾਨ ਕੀਤਾ ਸੀ, ਸਾਡਾ ਮਿੱਤਰ ਪਰਮੇਸ਼ੁਰ ਆ, ਅਤੇ ਇਸ ਕਰਕੇ ਫਿਰ ਉਹ ਕਈ ਵਾਰੀ ਫਿਰ ਇਹੋ ਜਿਹਾ ਵੀ ਦਿਖਾ ਦਿੰਦਾ। ਜੋ ਹਰ ਜਨ ਭਾਵੈ ਸੋ ਕਰੇ, ਹਰੀ ਜਨ ਜੋ ਪਾਉਂਦੇ ਆ ਹਰੀ ਵੀ ਉਹੀ ਕਰਦਾ, ਦਰ ਫੇਰ ਨਾ ਪਾਵੇ ਕੋਈ। ਕਹਿੰਦੇ ਉਹਦੀ ਆਗਿਆ ਨੂੰ ਵਾਹਿਗੁਰੂ ਦੁਆਰੇ 'ਤੇ ਕੋਈ ਮੋੜ ਨਹੀਂ ਸਕਦਾ। ਜੋ ਬਚਨ ਕਹਿ ਦਿੰਦੇ ਆ ਜਿਹੜਾ ਫਿਰ ਨਿਕਲ ਗਿਆ ਉਹ ਨਹੀਂ ਮੁੜਦਾ। ਤੀਰ ਕਮਾਨੋ ਸੁਖਨ ਜਵਾਨੋ, ਕਮਾਨ 'ਚੋਂ ਤੀਰ ਬੰਦੂਕ 'ਚੋਂ ਗੋਲੀ ਨਿਕਲੀ ਮੁੜਦੀ ਹੈ, ਜਿਹੜਾ ਫਿਰ ਉਹਨਾਂ ਦੇ ਮੂੰਹ ਬਚਨ ਨਿਕਲ ਗਿਆ ਉਹ ਕ੍ਰਿਸ਼ਨ ਦਾ ਪੁੱਤ ਸੀ ਨਾ ਸਾਂਭਾ, ਉਹਦੇ ਢੇਡੂ ਬੰਨ ਲਿਆ ਬਾਟਾ, ਬੀਬੀਆਂ ਲੀੜੇ ਪਵਾ ਕੇ ਦਰਵਾਜ਼ੇ ਕੋਲ ਲੈ ਗਏ, ਲਗਾਏ ਵੀ ਕ੍ਰਿਸ਼ਨ ਦੇ ਗੁਰੂ ਕੋਲ, ਮਾੜਾ ਮੋਟਾ ਹੁੰਦਾ ਤਾਂ ਸ਼ਾਇਦ ਬਚੇ ਜਾਂਦੇ। ਕਹਿੰਦੇ ਬਾਬੇ ਜੀ ਇਹਨੂੰ ਕੀ ਜੰਮੂਗਾ, ਉਹ ਸਮਾਧੀ ਬੈਠੇ ਹਟੇ ਹੀ ਨਾ। ਹਾਂਜੀ ਉਹ ਕਹਿੰਦੇ ਜਾਓ ਆਪਣਾ ਕੰਮ ਕਰੋ। ਦਿਲ ਬਾਜ ਨਾ ਆਏ, ਕਹਿੰਦੇ ਤੁਹਾਡੀ ਯਾਦਵਾਂ ਦੀ ਕੁੱਲ ਨੂੰ ਨਾਸ ਕਰਨ ਵਾਲਾ ਜੰਮੂਗਾ। ਫਿਰ ਪਿੱਟ ਉਤਰੇ ਵੀ ਹੁਣ ਕਿੱਥੇ, ਫਿਰ ਕ੍ਰਿਸ਼ਨ ਜੀ ਕੋ ਗਏ, ਉਹ ਕਹਿੰਦੇ ਭਾਈ ਹੁਣ ਤਾਂ ਜਿਹੜਾ ਵਜਨ ਨਿਕਲ ਗਿਆ ਇਹ ਨਹੀਂ ਮੁੜਨਾ। ਕਹਿੰਦੇ ਮਹਾਰਾਜ, ਕਹਿੰਦੇ ਚਲੋ ਹੁਣ ਤੁਹਾਨੂੰ ਪ੍ਰਵਾਸ ਖੇਤਰ ਦੇ ਤੀਰਥ ਯਾਤਰਾ ਕਰਾ ਲਈਏ, ਉੱਥੇ ਚਲ ਗਏ, ਸ਼ਰਾਬਾਂ ਪੀ ਲਈਆਂ, ਬੈਰ ਬਰੋ ਚੇਤੇ ਆ ਗਏ, ਸ਼ਾਸਤਰ ਧਾਰੀ ਸੀ ਬੱਟ ਟੋ ਕੇ ਮਰ ਗਏ, ਅਤੇ ਬਾਟਾ ਘਸਾ ਕੇ ਸਿਰ ਦਿਓ ਘਸਾਇਆ, ਇੰਨੀ ਕੁ ਪੱਤੀ ਜਿਹੀ ਰਹਿ ਗਈ, ਉਹ ਮੱਛੀ ਨਿਕਲ ਲਈ, ਝੀਰ ਨੇ ਜਲਿਓ ਜਾਲ ਲਾਇਆ, ਮੱਛੀਆਂ ਫੜੀਆਂ ਚੀਰੀ, ਉਹ ਪੱਤੀ ਨਿਕਲੀ, ਹੁਣ ਉਹ ਤੀਰ ਦੀ ਮੁਖੀ 'ਤੇ ਲਾ ਲਈ। ਹੈਂ ਉਹ ਜਿਹੜੇ ਸਾਰੇ ਜਦ ਬੱਟ ਹੋ ਕੇ ਮਰ ਗਏ, ਅਤੇ ਕ੍ਰਿਸ਼ਨ ਜੀ ਉੱਥੇ ਦਰਖਤ ਥੱਲੇ ਲੇਟੇ ਹੋਏ ਸੀ ਗੋਡੇ 'ਤੇ ਚਰਨ ਰੱਖ ਕੇ, ਅਤੇ ਚਰਨ ਵਿੱਚ ਪਦਮ ਸੀ। ਉਹ ਸ਼ਿਕਾਰੀ ਆਇਆ, ਉਹਨੇ ਕਿਹਾ ਸ਼ਾਇਦ ਅੱਖ ਚਮਤੀ ਹਰ ਦੀ, ਉਦੋਂ ਤੀਰ ਮਾਰੋ ਮਾਰੇ ਦੇ ਚਰਨ 'ਚ ਵੱਜਾ। ਜਿਲੇ ਆਇਆ ਕਹਿੰਦਾ ਮਹਾਰਾਜ ਬਖਸ਼ ਲਓ, ਮੇਰੇ ਤੋਂ ਗਲਤੀ ਹੋ ਗਈ। ਕਹਿੰਦੇ ਭਾਈ ਮੈਂ ਵੀ ਯਾਦਵਾਂ ਹੀ ਸੀ ਵੀ ਮੇਰੇ ਗੁਰੂ ਦਾ ਵਜਨ ਮੇਰੇ 'ਤੇ ਵੀ ਆਉਣਾ ਹੀ ਸੀ, ਮੇਰੇ 'ਤੇ ਵੀ ਆਉਣਾ ਹੀ ਸੀ ਨਾ, ਵਜਨ ਗੁਰੂ ਦਾ ਸੀ। ਹਾਂਜੀ ਅਤੇ ਇਸ ਕਰਕੇ ਤਾਂ ਮਹਾਰਾਜ ਨੇ ਕਿਹਾ ਦਰਵਾਸ਼ਾ ਸੋ ਕਰ ਤਾਂ ਠਗੋਰੀ, ਯਾਦਵੇ ਫਲ ਪਾਏ, ਕਿਰਪਾ ਕਰੀ ਜਨਾ ਆਪਣੇ ਉੱਪਰ ਹਰ ਨਾਮ ਦਿਓ ਹਰ ਗੁਣ ਗਾਏ। ਸੋ ਇਸ ਕਰਕੇ ਆ ਕਿ ਜਿਲੇ ਹੰਕਾਰ ਹੁੰਦਾ ਬੰਦੇ ਨੂੰ ਫਿਰ ਭੁੱਲ ਜਾਂਦਾ ਸਾਰਾ।
ਜੋ ਹਰਜਨ ਭਾਵੈ ਸੋ ਕਰੇ, ਦਰ ਫੇਰ ਨਾ ਪਾਵੇ ਕੋਈ। ਉਹਦੇ ਦਰਵਾਜ਼ੇ 'ਚ ਬਚਨ ਜੋ ਵੀ ਕਰ ਦਿੰਦੇ ਉਹ ਮੋੜਦਾ ਨੇ। ਨਾਨਕ ਰੱਤਾ ਰੰਗ ਹਰ ਸਭ ਜੱਗ ਮੈਂ ਚਾਨਣ। ਮਹਾਰਾਜ ਕਹਿੰਦੇ ਜੇ ਹਰੀ ਦੇ ਜਾਣੇ ਨਾ, ਉਹ ਨਿਰੰਕਾਰ ਪਰਮੇਸ਼ਰ ਦੇ ਪਿਆਰ ਰੂਪੀ ਰੰਗ ਵਿੱਚ ਰੰਗੇ ਹੋਏ। ਹਾਂਜੀ, ਰੰਗ ਘਣਾ, ਹਾਂਜੀ ਘਣਾ ਮੈਨੇ ਬਹੁਤ ਸੰਘਣਾ ਰੰਗ ਉਹਨਾਂ ਨੂੰ ਚੜ੍ਹ ਜਾਂਦਾ ਪ੍ਰੇਮ ਦਾ। ਉਹ ਫਿਰ ਬੰਦ ਬੰਦ ਕੱਟਿਆ ਵੀ ਨਹੀਂ, ਆਰੇ ਫੇਰਿਆ ਵੀ ਨਹੀਂ, ਹੈਂਜੀ ਲੋਗੜ ਬੰਨ ਕੇ ਸਾੜਿਆ ਵੀ ਨਹੀਂ, ਅਤੇ ਖੋਪੜੀ ਲਾਉਣਾ ਵੀ ਲਹਿੰਦਾ ਨਹੀਂ। ਐਸਾ ਪੱਕਾ ਰੰਗ ਹੈ ਲਾਲ ਰੰਗ, ਤਿਸ ਕੋ ਲੱਗਾ ਜਿਸ ਕਬੜ ਭਾਗਾ, ਮਹਿਲਾ ਕਦੇ ਨੂੰ ਹੋਵੇ ਨਾ ਲਾਗਾ ਦਾਗਾ। ਉਹ ਨਹੀਂ ਫਿਰ ਲੈਂਦਾ ਰੰਗ, ਜਾਂ ਦੁਨੀਆ ਦੇ ਰੰਗ ਤਾਂ ਇਹੋ ਜਿਹਾ ਨਾ, ਚਾਰ ਦਿਨ ਦਾ ਠਾਠਾ ਭਾਗਾ, ਚਾਰ ਰੰਗ ਚੱਕਾ ਚਾਰ ਰੰਗ ਕੁਸੁੰਭਗਾ, ਥੋੜ੍ਹਿਆ ਦਿਨ ਚਾਰ ਜੀ। ਕੁਸੁੰਭੇ ਦਾ ਰੰਗ ਹੁੰਦਾ ਤਾਂ ਲਾਲ ਬੜਾ, ਜਿਹੜੇ ਸੂਰੀ ਲਾਈਟ ਗਿਆ ਬਸ ਉੱਡ ਜਾਂਦਾ। ਛੇਛਰੇ ਦੇ ਫੁੱਲ ਕਿੰਨੇ ਲਾਲ ਹੁੰਦੇ, ਧੁੱਪ ਪਈ ਨਹੀਂ ਰੰਗ ਉੱਡਿਆ ਨੇ। ਇਸ ਤਰ੍ਹਾਂ ਜਿਹੜੇ ਦੁਨੀਆ ਦੇ ਰੰਗ ਹੈ ਨਾ, ਇਸ ਤਰ੍ਹਾਂ ਦੇ ਹੈ। ਹਾਂਜੀ, ਉਹ ਹੁੰਦਾ ਸੀ ਕੋਈ ਆਪਣੇ ਲਾਹੌਰ ਦੇ ਵਿੱਚ, ਜਿਹੜੇ ਕਿਸੇ ਦਾ ਮਰ ਜਾਣਾ ਉਹਨੂੰ ਘੁੰਗਰੂ ਬਣ ਕੇ ਨੱਚਣਾ, ਅਤੇ ਜਿਸ ਦਿਨ ਆਪਣਾ ਪੁੱਤ ਮਰ ਗਿਆ ਅੰਦਰੋਂ ਨਿਕਲੇ, ਕਹਿੰਦੇ ਅੱਜ ਕਹਿੰਦੇ ਹੁਣ ਆਪਣਾ ਮਰਿਆ, ਪਤਾ ਤਾਂ ਫੇਰ ਲੱਗਣਾ ਸੀ ਵੀ ਦੂਆਂ ਦੇ ਨੱਚਦਾ ਵੀ ਆਪਣਾ ਮਰਿਆ। ਹੁਣ ਅਵਸਥਾ ਇਹ ਕਰਾ ਸੈਗੀ ਆ, ਇਹ ਭਾਈ ਭਖਾਰੀ ਜੀ ਹੋਏ ਦਸਮ ਪਾਤਸ਼ਾਹ ਸਾਹਿਬਜ਼ਾਦੇ, ਕਿੰਨੇ ਪਿਆਰੇ ਗੁਰਸਿੱਖ ਆਨੰਦ 'ਚ ਬੈਠੇ। ਕੋਈ ਕੀਤਾ ਹਰ ਕੁਛ ਬਾਹਰੋਂ, ਕਹਿੰਦੇ ਮਾਰਾ ਡੱਲਾ ਭੈਣ ਨਾਲ ਮਾਰਾ ਹੋਇਆ, ਹੈਂ ਬਾਹਰ ਕਹਿੰਦੇ ਲਕੀਰਾਂ ਖਿੱਚ, ਲਕੀਰਾਂ ਖਿੱਚੀਆਂ ਕਹਿੰਦੇ ਕੱਟ ਦੇ, ਕਹਿੰਦੇ ਤੁਹਾਨੂੰ ਲਕੀਰਾਂ ਪਾਉਣ ਵੇਲੇ ਕੋਈ ਖੁਸ਼ੀ, ਮਟਾਉਣ ਵੇਲੇ ਕੋਈ ਦੁੱਖ ਹੋਇਆ? ਕਹਿੰਦੇ ਨਹੀਂ, ਕਹਿੰਦੇ ਸਾਨੂੰ ਤਾਂ ਐਵੇਂ ਹੀ ਆ। ਨਾਨਕ ਰੱਤਾ ਰੰਗ ਹਰ, ਜਿਹੜੇ ਹਰੀ ਦੇ ਰੰਗ 'ਚ ਰੰਗੇ ਗਏ ਸਭ ਜੱਗ ਮੈਂ ਚਾਨਣ ਹੋਏ। ਕਹਿੰਦੇ ਉਹ ਜਿਹੜੇ ਪ੍ਰੇਮ 'ਚ ਮਸਤ ਹੋ ਗਏ ਨਾ, ਉਹ ਸਾਰੇ ਜੱਗ 14 ਭਵਨਾਂ 'ਚ, ਹੈਂਜੀ ਇੱਕ ਜਿਹੜਾ ਪਰਮਾਤਮਾ ਸੀ ਉਹਦੇ ਸਰੂਪ ਦਾ ਗਿਆਨ ਜਿਹੜਾ ਸੀ, ਪ੍ਰਕਾਸ਼ ਸੀ ਨਾ, ਉਹ ਹੋ ਗਿਆ, ਅਤੇ ਇਹੀ ਉਹਨਾਂ ਦੇ ਅੰਦਰ ਚਾਨਣ ਹੋ ਗਿਆ, ਉਹਨਾਂ ਨੂੰ ਚਾਨਣ ਪ੍ਰਕਾਸ਼ ਮਿਲ ਗਿਆ। ਹਨੇਰੇ 'ਚ ਠੇਡੇ ਖਾਂਦਾ, ਜਿਹਨੂੰ ਪ੍ਰਕਾਸ਼ ਮਿਲੂ ਫਿਰ ਠੇਡੇ ਕਿਉਂ ਖਾਊਗਾ? ਉਹ ਜਿਹੜਾ ਆਤਮਾ ਦਾ ਪ੍ਰਕਾਸ਼ ਮਿਲ ਜਾਂਦਾ। ਮਹਾਰਾ ਹਰ ਕੋਲ ਵਾਲੇ ਨਾ ਧੌਲਪੁਰ ਗਏ, ਉੱਥੇ ਲਾਹੌਰੀਆਂ ਦੀ ਸੰਗਤ ਸੀ, ਅਤੇ ਸਰਦਾਰ ਈਸ਼ਰ ਸਿੰਘ ਅਤੇ ਲੈ ਗਿਆ ਪਹਾੜੀ ਇਲਾਕਾ ਜੰਗਲ। ਕਹਿੰਦੇ ਮਹਾਰਾ ਹਨੇਰਾ ਬੜਾ, ਸ਼ੇਰ ਵਗੇਲੇ ਬੁੱਕਦੇ, ਉਦੋਂ ਹੀ ਸੰਤਾਂ ਨੇ ਚਾਨਣ ਪ੍ਰਗਟ ਹੋ ਗਿਆ ਜਾ ਰਿਹਾ। ਕਹਿੰਦਾ ਮਹਾਰਾ ਇਹ ਚਾਨਣ ਕੀ ਸੀ? ਕਹਿੰਦੇ ਇਹ ਚਾਨਣ ਹੁੰਦਾ, ਇਹ ਆਤਮਾ ਪਰਮਾਤਮਾ ਦੇ ਮਿਲਾਪ ਨੂੰ। ਇਸ ਕਰਕੇ ਜਿਹੜਾ ਹੈਗਾ ਉਹ ਜੋ ਮਰਜ਼ੀ ਕਰ ਲੈਂਦੇ ਸਾਰੇ ਸਾਰ, ਉਹਨਾਂ ਕੋਲ ਐਸਾ ਉਹਨਾਂ ਦਾ ਦੇਹ ਹੀ ਪ੍ਰਕਾਸ਼ ਰੂਪ ਹੋ ਜਾਂਦੀ, ਆਤਮਾ ਨੂੰ ਸਾਖਿਆਤ ਪ੍ਰਤੱਖ ਕਰ ਲੈਂਦੇ। ਸਾਰੇ 14 ਭਵਨਾਂ 'ਚ ਗਿਆਨ ਦਾ ਚਾਨਣ ਪ੍ਰਕਾਸ਼ ਜਿਹੜਾ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।